ਧਿਆਨ ਦੇ ਵਿੱਚ ਗੱਲ ਆਈ ਸੀ ਕਿ ਉੱਥੇ ਲਿਖ ਕੇ ਲਗਾਇਆ ਹੋਇਆ ਵੀ ਜੇ ਤੁਸੀਂ ਹਿੰਦੀ 'ਚ ਗੱਲ ਕਰੋਗੇ ਤਾਂ ਸਾਨੂੰ ਬਹੁਤ ਖੁਸ਼ੀ ਹੋਏਗੀ। ਜੀ ਬਿਲਕੁਲ, ਜਿਹੜੇ ਐਡਮਿਨਿਸਟ੍ਰੇਟਿਵ ਬਲਾਕ ਦੀ ਆਪਾਂ ਗੱਲ ਕੀਤੀ ਹੈ, ਕੈਰੋ ਐਡਮਿਨਿਸਟ੍ਰੇਟਿਵ ਬਲਾਕ ਦੇ, ਉਹਦੇ ਵੜਦੇ ਸਾਰ ਸਭ ਤੋਂ ਪਹਿਲਾਂ ਨੋਟਿਸ ਹੈ, ਮਤਲਬ ਜਦੋਂ ਤੁਸੀਂ ਗੇਟ ਤੋਂ ਵੜੋਗੇ ਤੁਹਾਡੇ ਮੱਥੇ ਹੀ ਉਹ ਨੋਟਿਸ ਲੱਗੂਗਾ ਵੀ ਅਗਰ ਆਪ ਹਿੰਦੀ ਮੇਂ ਪ੍ਰਤਾਚਾਰ ਕਰਤੇ ਹੈ, ਹਿੰਦੀ ਮੇਂ ਬਾਤਚੀਤ ਕਰਤੇ ਹੈ, ਤੋ ਹਮੇਂ ਅਤੀ ਪ੍ਰਸੰਨਤਾ ਹੋਤੀ ਹੈ, ਹੋਗੀ, ਐਵੇਂ ਕੁਛ ਲਿਖਿਆ ਸੀ ਹਿੰਦੀ 'ਚ ਉਹਨਾਂ ਨੇ। ਵੀ ਜਿਹੜਾ ਮੈਡੀਕਲ ਇੰਸਟੀਟਿਊਟ ਬਣਿਆ ਹੋਵੇ, ਸਿਹਤ ਨੂੰ ਲੈ ਕੇ ਇੰਸਟੀਟਿਊਟ ਬਣਿਆ ਹੋਵੇ, ਜਿੱਥੇ ਗੱਲਾਂ ਹੋਣੀਆਂ ਸੀ ਵੀ ਇੱਥੇ ਦਵਾਈ ਕਿਵੇਂ ਵਧੀਆ ਕਰ ਸਕਦੇ ਹਾਂ, ਇਲਾਜ ਕਿਵੇਂ ਵਧੀਆ ਕਰ ਸਕਦੇ ਹਾਂ, ਉੱਥੇ ਉਸ ਇੰਸਟੀਟਿਊਟ ਨੂੰ ਚਲਾਉਣ ਵਾਲੇ ਦਫ਼ਤਰ 'ਚ ਲਿਖਿਆ ਕਿ ਤੁਸੀਂ ਹਿੰਦੀ 'ਚ ਗੱਲ ਕਰੋ। ਪ੍ਰਤਾਪ ਸਿੰਘ ਕੈਰੋ ਨੇ ਉਸ ਦਫ਼ਤਰ ਦਾ ਉਦਘਾਟਨ ਕੀਤਾ ਹੋਵੇ, ਉਹਨਾਂ ਦੇ ਨਾਮ 'ਤੇ ਉਹ ਹੋਵੇ, ਅੰਦਰ ਉਹਨਾਂ ਦੀ ਫੋਟੋ ਲੱਗੀ, 5-6 ਫੁੱਟ ਦੀ ਉਹਨਾਂ ਦੀ ਫੋਟੋ ਲੱਗੀ ਹੈ ਵੜਦੇ ਸਾਰ, ਉੱਥੇ ਨਾਮ ਲਿਖਿਆ ਉਹਨਾਂ ਦਾ ਪ੍ਰਤਾਪ ਸਿੰਘ ਕੈਰੋ, ਪਹਿਲਾਂ ਹਿੰਦੀ 'ਚ ਲਿਖਿਆ, ਉਹਦੇ ਨੀਚੇ ਇੰਗਲਿਸ਼ 'ਚ ਲਿਖਿਆ, ਪੰਜਾਬੀ 'ਚ ਨਹੀਂ, ਪੰਜਾਬੀ 'ਚ ਹੈ ਨਹੀਂ। ਬੰਦਾ ਪੰਜਾਬੀ ਸਰਦਾਰ ਬੰਦਾ ਪੰਜਾਬ ਦਾ ਹੀ ਮੁੱਖ ਮੰਤਰੀ, ਉਹਦੇ ਵੱਲੋਂ ਹੀ ਆਈਡੀਆ ਕਿ ਇਹੋ ਜਿਹਾ ਕੋਈ ਅਦਾਰਾ ਸ਼ੁਰੂ ਕਰਨਾ, ਤੇ ਉਹਦੀ ਉਹ ਮਾਂ ਬੋਲੀ ਉੱਥੇ ਹੈ। ਸਤਲੁਜ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰ ਹਾਂ ਖਾਸ ਪੇਸ਼ਕਸ਼। ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਪੰਜਾਬ ਦੀ ਜਾ ਰਹੀ ਹੋਂਦ ਦੇ ਬਾਰੇ ਗੱਲਬਾਤ ਕਰਾਂਗੇ, ਪੰਜਾਬ ਦੇ ਘਟ ਰਹੇ ਦਾਇਰੇ ਦੇ ਬਾਰੇ ਗੱਲਬਾਤ ਕਰਾਂਗੇ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਬਹੁਤ ਸਾਰੇ ਇਹੋ ਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜਿੱਥੇ ਪੰਜਾਬੀਆਂ ਦੇ ਨਾਲ ਅਤੇ ਪੰਜਾਬੀ ਭਾਸ਼ਾ ਦੇ ਨਾਲ ਵਿਤਕਰੇ ਦੀਆਂ ਘਟਨਾਵਾਂ ਜ਼ਾਹਿਰ ਹੁੰਦੀਆਂ ਨੇ। ਸਭ ਤੋਂ ਵੱਡਾ ਹੋਸਪਿਟਲ PGI ਚੰਡੀਗੜ੍ਹ, ਜਿਸਦਾ ਜਿਹੜੀ ਸ਼ੁਰੂਆਤ ਹੈ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਨੇ ਕੀਤੀ, ਅਤੇ ਪੰਜਾਬ ਦੀ ਹਿੱਸੇਦਾਰੀ ਵਜੋਂ ਵੀ ਇਸ ਹਸਪਤਾਲ ਨੂੰ ਵੇਖਿਆ ਜਾਂਦਾ ਹੈ। ਪਰ ਹੁਣ ਹਾਲਾਤ ਇਹ ਨੇ ਕਿ ਹਸਪਤਾਲ ਦੇ ਡਾਇਰੈਕਟਰ ਵਿਵੇਕ ਲਾਲ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਹੈ ਕਿ ਹਸਪਤਾਲ ਦੇ ਗਲਿਆਰੇ ਦੇ ਵਿੱਚ ਕੋਈ ਵੀ ਪੰਜਾਬੀ ਭਾਸ਼ਾ ਦੀ ਵਰਤੋਂ ਨਹੀਂ ਕਰੇਗਾ। ਜਿੰਨਾ ਵੀ ਕੰਮਕਾਰ ਹੋਣਾ ਹੈ, ਭਾਵੇਂ ਉਹ ਦਫ਼ਤਰੀ ਹੋਵੇ ਜਾਂ ਮੈਡੀਕਲ ਤੌਰ 'ਤੇ ਹੋਵੇ, ਉਹ ਸਾਰਾ ਹਿੰਦੀ ਭਾਸ਼ਾ ਦੇ ਵਿੱਚ ਹੋਏਗਾ। ਪੰਜਾਬੀ ਭਾਸ਼ਾ ਪ੍ਰੇਮੀਆਂ ਨੂੰ ਇਹ ਗੱਲ ਕਿਤੇ ਨਾ ਕਿਤੇ ਚੁੱਭੀ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਔਰਗਨਾਈਜੇਸ਼ਨ ਸੱਥ ਦੇ ਵੱਲੋਂ ਵੀ ਇਹ ਮੁੱਦਾ ਚੁੱਕਿਆ ਗਿਆ ਹੈ। ਸੋ ਸਾਡੇ ਨਾਲ ਸੱਥ ਔਰਗਨਾਈਜੇਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਦਰਸ਼ਪ੍ਰੀਤ ਸਿੰਘ ਨੇ, ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਦਰਸ਼ਪ੍ਰੀਤ ਜੀ, ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਆਉਣ ਲਈ। ਦਰਸ਼ਪ੍ਰੀਤ ਜੀ, ਅਸੀਂ ਅਕਸਰ ਵੇਖਦੇ ਹਾਂ, ਜਿਵੇਂ ਮੈਂ ਸ਼ੁਰੂਆਤ 'ਚ ਕਿਹਾ ਵੀ ਰਾਜਧਾਨੀ ਤਾਂ ਪੰਜਾਬ ਦੀ ਹੈ, ਪਰ ਇੱਥੇ ਪੰਜਾਬੀਆਂ ਦੇ ਨਾਲ ਸਭ ਤੋਂ ਵੱਧ ਵਿਤਕਰਾ ਹੁੰਦਾ ਹੈ। ਹਾਲ ਹੀ ਦੇ ਵਿੱਚ ਇੱਕ ਸਭ ਤੋਂ ਵੱਡੀ ਘਟਨਾ, 4 ਜੂਨ ਨੂੰ ਜਿਹੜਾ ਨੋਟੀਫਿਕੇਸ਼ਨ PGI ਚੰਡੀਗੜ੍ਹ ਦੇ ਵੱਲੋਂ ਕੱਢਿਆ ਜਾਂਦਾ ਹੈ, ਤੁਹਾਡੇ ਧਿਆਨ ਦੇ ਵਿੱਚ ਕਦੋਂ ਆਉਂਦਾ ਇਹ? ਇਹ ਜਿਵੇਂ ਨੋਟਿਸ 4 ਜੂਨ 2024 ਨੂੰ ਕੱਢਿਆ, ਤਾਂ ਸਾਡੇ ਧਿਆਨ 'ਚ 1-2 ਦਿਨਾਂ ਬਾਅਦ ਹੀ ਆਉਂਦਾ ਹੈ। ਸਾਡੇ ਕੋਰ ਟੀਮ 'ਚ ਸਾਡੀ ਗੱਲ ਹੁੰਦੀ ਹੈ ਜਦੋਂ ਨੋਟਿਸ ਆਉਂਦਾ ਹੈ ਕਿ ਹਿੰਦੀ ਨੂੰ ਲੈ ਕੇ ਇੱਕ ਨੋਟਿਸ ਕੱਢਿਆ ਗਿਆ ਹੈ। ਸੋ ਜਥੇਬੰਦੀ ਸਾਡੀ ਬਣੀ ਇਸ ਗੱਲ ਕਰਕੇ ਸੀ ਕਿ ਪੰਜਾਬੀ ਦੇ ਜਿੰਨੇ ਮੁੱਦੇ ਹੋ ਸਕਦੇ ਆ ਅਸੀਂ ਯੂਨੀਵਰਸਿਟੀ ਆ ਚੰਡੀਗੜ੍ਹ ਦੇ ਵਿੱਚ ਚੱਕੀਏ। ਸੋ ਇਹ 4 ਤਰੀਕ ਨੂੰ ਨੋਟਿਸ ਆਇਆ ਅਤੇ 5 ਤਰੀਕ ਨੂੰ ਸਾਡੇ ਧਿਆਨ 'ਚ ਜਦੋਂ ਆਇਆ, ਅਤੇ ਉਸ ਤੋਂ ਬਾਅਦ ਲਗਾਤਾਰ ਅਸੀਂ 7 ਤਰੀਕ ਨੂੰ ਪਹਿਲਾਂ ਉਹਨਾਂ ਦੇ ਦਫ਼ਤਰ ਵੀ ਜਾ ਕੇ ਆਏ ਹਾਂ, ਐਡਮਿਨਿਸਟ੍ਰੇਟਿਵ ਬਲਾਕ PGI ਦੇ ਡਾਇਰੈਕਟਰ ਸਾਹਿਬ ਨੂੰ ਮਿਲਣ ਵਾਸਤੇ। ਸੋ 7 ਤਰੀਕ ਤੋਂ ਬਾਅਦ ਲਗਾਤਾਰ ਸਾਡੀ ਕੋਸ਼ਿਸ਼ ਹੋ ਰਹੀ ਹੈ ਉਹਨਾਂ ਨੂੰ ਮਿਲਣ ਵਾਸਤੇ, ਅਤੇ ਉਹਨਾਂ ਦੇ ਚਾਹੇ ਦਫ਼ਤਰ ਗਏ ਹਾਂ ਅਸੀਂ, ਚਾਹੇ ਉਹਨਾਂ ਨੂੰ ਫੋਨ ਕਾਲ ਕੀਤੀ ਹੈ, ਚਾਹੇ ਮੇਲ ਕੀਤੀ ਹੈ। ਸੋ ਬਟ ਉਹਨਾਂ ਦੇ ਦਫ਼ਤਰ ਵੱਲੋਂ, ਡਾਇਰੈਕਟਰ ਵੱਲੋਂ ਜਾਂ ਉਹਨਾਂ ਦੇ ਕਿਸੇ ਵੀ ਸੈਕਟਰੀ ਵੱਲੋਂ ਕੋਈ ਵੀ ਜਵਾਬ ਨਹੀਂ ਆ ਰਿਹਾ ਮੁਲਾਕਾਤ ਲਈ ਜਾਂ ਗੱਲਬਾਤ ਕਰਨ ਲਈ ਵੀ। ਸੋ ਜਥੇਬੰਦੀ ਸੱਥ ਨੇ ਪਹਿਲਾਂ 7 ਤਰੀਕ ਨੂੰ ਪਹਿਲਾਂ ਦਫ਼ਤਰ ਗਏ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਫੋਨ ਕਾਲ ਕਰ ਲਓ। ਫੋਨ ਜਦੋਂ ਕੀਤਾ, ਫਿਰ ਉਹਨਾਂ ਨੇ ਮੇਲ ਕਰਤਾ ਕਿ ਤੁਸੀਂ ਮੇਲ ਕਰਕੇ ਅਪਾਇੰਟਮੈਂਟ ਲੈ ਕੇ ਆਪਣਾ ਮਸਲਾ ਦੱਸ ਦਿਓ।
ਜਦੋਂ ਉਹਨਾਂ ਨੂੰ 8 ਤਰੀਕ ਨੂੰ ਮੇਲ ਕੀਤੀ ਹੈ, ਸੋ ਉਹਦਾ ਕੋਈ ਜਵਾਬ ਨਾ ਆਇਆ। ਫਿਰ ਦੱਸਿਆ 11 ਤਰੀਕ ਨੂੰ ਉਹਨਾਂ ਦੇ ਪਰਸਨਲ ਸੈਕਟਰੀ ਨਾਲ ਗੱਲ ਹੋਈ ਆ ਫੋਨ ਕਾਲ 'ਤੇ, ਅਤੇ ਉਹਨਾਂ ਨੇ ਗੱਲ ਕਹੀ ਕਿ ਡਾਇਰੈਕਟਰ ਸਾਹਿਬ ਨਾਲ ਗੱਲ ਹੋਈ ਸੀ, ਉਹਨਾਂ ਨਾਲ ਉਹਨਾਂ ਨੂੰ ਪੁੱਛਿਆ ਗਿਆ ਇਸ ਮਾਮਲੇ 'ਚ, ਅਤੇ ਬਟ ਡਾਕਟਰ ਸਾਹਿਬ ਨੇ ਕੋਈ ਹੰਗਾਰਾ ਨਹੀਂ ਭਰਿਆ ਹੈਗਾ, ਵੀ ਉਹਨਾਂ ਨੇ ਇਗਨੋਰ ਕਰਤਾ ਉਹ ਮਸਲਾ, ਵੀ ਐਡਾ ਇੰਪੋਰਟੈਂਟ ਨਹੀਂ ਸਮਝਿਆ, ਜ਼ਰੂਰੀ ਨਹੀਂ ਸਮਝਿਆ ਉਹਨਾਂ ਨੇ। ਸੋ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਉਹਨਾਂ ਦੇ ਹਾਂ ਪੱਖੀ ਜਵਾਬ ਹੀ ਨਹੀਂ ਆ ਰਿਹਾ ਉਹਨਾਂ ਦਾ। ਸੋ ਲਗਾਤਾਰ ਉਦੋਂ ਦੀ ਜਥੇਬੰਦੀ ਸੱਥ ਆਪਣੇ ਲੈਵਲ 'ਤੇ ਲੱਗੀ ਹੋਈ ਹੈ, ਵੀ ਪੰਜਾਬ ਦਾ ਮੇਨ ਮਸਲਾ ਇਹ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੋਵੇ, ਪੰਜਾਬ ਦੇ ਪੁਆਧ ਇਲਾਕੇ ਨੂੰ ਉਜਾੜ ਕੇ ਪਿੰਡ ਬਣੇ ਹੋਣ, ਤੇ ਉੱਥੇ ਪੰਜਾਬ ਦਾ ਹੀ ਐਡਾ ਵੱਡਾ ਮੈਡੀਕਲ ਅਦਾਰਾ ਬਣਿਆ ਹੋਵੇ, ਤੇ ਉੱਥੇ ਪੰਜਾਬੀ ਨੂੰ ਖਤਮ ਕਰਨਾ, ਖਾਸ ਤੌਰ ਤੇ ਜਦੋਂ ਇਨੀਸ਼ੀਏਟ ਪੰਜਾਬ ਦੇ ਮੁੱਖ ਮੰਤਰੀ ਨੇ ਲਿਆ ਹੋਵੇ ਕਿ ਇੱਥੇ PGI ਬਣਨਾ ਚਾਹੀਦਾ, ਪ੍ਰਤਾਪ ਸਿੰਘ ਕਹਿ ਰਹੇ ਜੀ ਬਿਲਕੁਲ। ਤੇ ਉਸ ਤੋਂ ਵੀ ਹੈਰਾਨੀ ਦੀ ਗੱਲ ਇਹ ਹੁੰਦੀ ਹੈ ਵੀ ਜਿਹੜੇ ਐਡਮਿਨਿਸਟ੍ਰੇਟਿਵ ਬਲਾਕ ਹੈ, ਜਿਹੜੇ ਦਫ਼ਤਰ 'ਚ ਬੈਠ ਕੇ ਡਾਇਰੈਕਟਰ ਨੂੰ ਨੋਟਿਸ ਕੱਢ ਰਿਹਾ, ਉਹ ਵੀ ਪੰਜਾਬ ਦੇ ਸਾਬਕਾ CM ਦੇ ਨਾਮ ਤੇ ਹੀ ਦਫ਼ਤਰ ਦਾ ਨਾਮ ਹੈ, ਕੈਰੋ ਐਡਮਿਨਿਸਟ੍ਰੇਟਿਵ ਬਲਾਕ। ਸੋ ਇਹ ਬੜੀ ਹੈਰਾਨੀ ਦੀ ਗੱਲ ਹੈ ਵੀ ਬਾਹਰ ਦੇ ਬੰਦੇ ਆ ਕੇ ਇੱਥੇ ਪਹਿਲਾਂ ਨੌਕਰੀਆਂ ਲੱਗ ਰਹੇ ਨੇ, ਨੌਕਰੀਆਂ ਲੱਗ ਕੇ ਐਡਮਿਨਿਸਟ੍ਰੇਸ਼ਨ 'ਚ ਆ ਰਹੇ ਨੇ, ਅਤੇ ਫਿਰ ਜਿਹੜੀ ਖਿੱਤੇ 'ਤੇ ਉਹ ਧਰਤੀ 'ਤੇ ਜਿਹੜੀ ਧਰਤੀ 'ਤੇ ਇੰਸਟੀਟਿਊਟ ਬਣਿਆ ਹੋਵੇ, ਉੱਥੇ ਦੀ ਉਹ ਭਾਸ਼ਾ ਨੂੰ ਖਤਮ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ। ਇੱਕ ਧਿਆਨ ਦੇ ਵਿੱਚ ਗੱਲ ਆਈ ਸੀ ਕਿ ਉੱਥੇ ਲਿਖ ਕੇ ਲਗਾਇਆ ਹੋਇਆ ਵੀ ਜੇ ਤੁਸੀਂ ਹਿੰਦੀ 'ਚ ਗੱਲ ਕਰੋਗੇ ਤਾਂ ਸਾਨੂੰ ਬਹੁਤ ਖੁਸ਼ੀ ਹੋਏਗੀ। ਜੀ ਬਿਲਕੁਲ, ਜਿਹੜੇ ਐਡਮਿਨਿਸਟ੍ਰੇਟਿਵ ਬਲਾਕ ਦੀ ਆਪਾਂ ਗੱਲ ਕੀਤੀ ਹੈ, ਕੈਰੋ ਐਡਮਿਨਿਸਟ੍ਰੇਟਿਵ ਬਲਾਕ ਦੇ, ਉਹਦੇ ਵੜਦੇ ਸਾਰ ਸਭ ਤੋਂ ਪਹਿਲਾਂ ਨੋਟਿਸ ਹੈ, ਮਤਲਬ ਜਦੋਂ ਤੁਸੀਂ ਗੇਟ ਤੋਂ ਵੜੋਗੇ ਤੁਹਾਡੇ ਮੱਥੇ ਹੀ ਉਹ ਨੋਟਿਸ ਲੱਗੂਗਾ, ਵੀ ਅਗਰ ਆਪ ਹਿੰਦੀ ਮੇਂ ਪ੍ਰਤਾਚਾਰ ਕਰਤੇ ਹੈ, ਹਿੰਦੀ ਮੇਂ ਬਾਤਚੀਤ ਕਰਤੇ ਹੈ, ਤੋ ਹਮੇ ਅਤੀ ਪ੍ਰਸੰਨਤਾ ਹੋਤੀ ਹੈ, ਹੋਗੀ, ਐਵੇਂ ਕੁਛ ਲਿਖਿਆ ਸੀ ਹਿੰਦੀ 'ਚ ਉਹਨਾਂ ਨੇ। ਸੋ ਉੱਥੇ ਵੜਦੇ ਸਾਰੇ ਇਹ ਗੱਲਾਂ ਨੇ ਵੀ ਜਿਹੜਾ ਮੈਡੀਕਲ ਇੰਸਟੀਟਿਊਟ ਬਣਿਆ ਹੋਵੇ, ਸਿਹਤ ਨੂੰ ਲੈ ਕੇ ਉਹ ਇੰਸਟੀਟਿਊਟ ਬਣਿਆ ਹੋਵੇ, ਜਿੱਥੇ ਗੱਲਾਂ ਹੋਣੀਆਂ ਸੀ ਵੀ ਇੱਥੇ ਦਵਾਈ ਕਿਵੇਂ ਵਧੀਆ ਕਰ ਸਕਦੇ ਹਾਂ, ਇਲਾਜ ਕਿਵੇਂ ਵਧੀਆ ਕਰ ਸਕਦੇ ਹਾਂ, ਉੱਥੇ ਉਸ ਇੰਸਟੀਟਿਊਟ ਨੂੰ ਚਲਾਉਣ ਵਾਲੇ ਦਫ਼ਤਰ 'ਚ ਲਿਖਿਆ ਕਿ ਤੁਸੀਂ ਹਿੰਦੀ 'ਚ ਗੱਲ ਕਰੋ। ਸੋ ਇਹ ਚੀਜ਼ ਪਤਾ ਲੱਗਦੀ ਹੈ ਵੀ ਕਿਸੇ ਖਾਸ ਰਜੀਮ ਦੇ ਅਧੀਨ ਹੀ ਕਿਸੇ ਖਾਸ ਖਿੱਤੇ ਨੂੰ ਲੈ ਕੇ ਜਾਂ ਕਿਸੇ ਖਾਸ ਬੋਲੀ ਦੇ ਲੋਕਾਂ ਨੂੰ ਲੈ ਕੇ ਇਹ ਚੀਜ਼ ਚੱਲ ਰਹੀ ਹੈ। ਜੇ ਉੱਥੇ ਦਫ਼ਤਰ ਦੀ ਗੱਲ ਕਰੀਏ, ਪ੍ਰਤਾਪ ਸਿੰਘ ਕੈਰੋਂ ਨੇ ਉਸ ਦਫ਼ਤਰ ਦਾ ਉਦਘਾਟਨ ਕੀਤਾ ਹੋਵੇ, ਉਹਨਾਂ ਦੇ ਨਾਮ ਤੇ ਉਹ ਹੋਵੇ, ਅੰਦਰ ਉਹਨਾਂ ਦੀ ਫੋਟੋ ਲੱਗੀ, 5-6 ਫੁੱਟ ਦੀ ਉਹਨਾਂ ਦੀ ਫੋਟੋ ਲੱਗੀ ਹੈ ਵੜਦੇ ਸਾਰ, ਉੱਥੇ ਨਾਮ ਲਿਖਿਆ ਉਹਨਾਂ ਦਾ ਪ੍ਰਤਾਪ ਸਿੰਘ ਕੈਰੋਂ, ਪਹਿਲਾਂ ਹਿੰਦੀ 'ਚ ਲਿਖਿਆ, ਉਹਦੇ ਨੀਚੇ ਇੰਗਲਿਸ਼ 'ਚ ਲਿਖਿਆ, ਪੰਜਾਬੀ 'ਚ ਨਹੀਂ, ਪੰਜਾਬੀ 'ਚ ਹੈ ਨਹੀਂ, ਬੰਦਾ ਪੰਜਾਬੀ, ਸਰਦਾਰ ਬੰਦਾ, ਪੰਜਾਬ ਦਾ ਹੀ ਮੁੱਖ ਮੰਤਰੀ, ਉਹਦੇ ਵੱਲੋਂ ਹੀ ਆਈਡੀਆ ਕਿ ਇਹੋ ਜਿਹਾ ਕੋਈ ਅਦਾਰਾ ਸ਼ੁਰੂ ਕਰਨਾ, ਤੇ ਉਹਦੀ ਉਹ ਮਾਂ ਬੋਲੀ ਉੱਥੇ ਹੈ ਨਹੀਂ। ਬਿਲਕੁਲ। ਸੋ ਇਹ ਬੜੀ ਨਿੰਦਣਯੋਗ ਤੇ ਬੜੀ ਸੋਚਣ ਵਿਚਾਰਨ ਦੀ ਗੱਲ ਆਪਣੇ ਵਾਸਤੇ ਹੈ ਕਿ ਜਦੋਂ ਅਸੀਂ ਭਾਵੇਂ ਦੇਸ਼ ਦੀ ਆਜ਼ਾਦੀ ਵਾਸਤੇ ਕੁਰਬਾਨੀਆਂ ਹੋਣ, ਚਾਹੇ ਉਹਨੂੰ ਚਲਾਉਣ ਵਾਸਤੇ ਸਭ ਤੋਂ ਵੱਧ ਖਜ਼ਾਨੇ ਦੀ ਗੱਲ ਹੋਵੇ, ਲੋਕਾਂ ਨੇ ਆਪਣੇ ਗਹਿਣੇ ਗੱਟੇ ਵੇਚ ਕੇ ਚਲਾਇਆ, ਚੰਡੀਗੜ੍ਹ ਪਹਿਲਾਂ ਦੇਣ ਦੀ ਗੱਲ ਹੋਈ, ਇੱਥੇ ਆਪਦੇ ਘਰਾਂ ਨੂੰ ਉਜਾੜ ਕੇ, ਆਪਦੇ ਸਾਰੇ ਖੇਤਾਂ ਨੂੰ ਛੱਡ ਕੇ, ਆਪਦੇ ਲੱਗੇ ਪੁਰਾਣੇ ਬੂਟਿਆਂ ਨੂੰ ਛੱਡ ਕੇ ਬੰਦਿਆਂ ਨੇ ਪਿੰਡ ਉਜਾੜਤੇ ਚੰਡੀਗੜ੍ਹ ਬਣਾਉਣ ਵਾਸਤੇ, ਵੀ ਸਾਡੇ ਕਿਸੇ ਭਲਾਈ ਦੀ ਗੱਲ ਹੋ ਸਕਦੀ ਹੈ ਸ਼ਾਇਦ, ਜੇ ਸਾਡੇ ਪੰਜਾਬ ਦੀ ਰਾਜਧਾਨੀ ਬਣਾਉਣੀ ਹੈ, ਅਤੇ ਰਾਜਧਾਨੀ ਬਣ ਗਈ, ਮਗਰੋਂ ਖਿੱਤੇ ਬੋਲੀ ਦੇ ਆਧਾਰ 'ਤੇ ਵੱਖ ਕਰਤੇ, ਹਰਿਆਣਾ ਕੱਢਤਾ, ਹਿਮਾਚਲ ਕੱਢਤਾ, ਅਤੇ ਉਹਦੀ ਰਾਜਧਾਨੀ 'ਚ ਵੀ ਵਿਵਾਦ ਪਾਤਾ, ਪਹਿਲਾਂ ਕਿਹਾ ਕਿ 10 ਸਾਲ ਵਾਸਤੇ ਸਾਂਝੀ ਰਾਜਧਾਨੀ ਹੋਊਗੀ, ਫਿਰ ਕਾਨੂੰਨੀ ਤੌਰ 'ਤੇ ਹੁੰਦਾ ਵੀ ਨਵੀਂ ਰਾਜਧਾਨੀ ਆਪਣੀ ਵੱਖਰੀ ਬਣਦੀ ਹੁੰਦੀ ਹੈ, ਸੋ ਉਹਨੂੰ ਪੰਜਾਬ ਨੂੰ ਦੇਣ ਦੀ ਬਜਾਏ ਜਾਂ ਹਰਿਆਣੇ ਦੀ ਆਪਣੀ ਵੱਖਰੀ ਰਾਜਧਾਨੀ ਬਣਾਉਣ ਦੀ ਬਜਾਏ ਇਹਨੂੰ ਸੈਂਟਰ ਦੇ ਅਧੀਨ ਦਿੱਤਾ, ਵੀ ਸੈਂਟਰ ਦੀ ਬਹੁ ਪੱਖੀ ਸਰਕਾਰ ਹੈ ਜਿਹੜੀ ਮੈਜੋਰਟੇਰੀਅਨ ਸਟੇਟ 'ਚ ਰਹਿੰਦੇ ਹੋਏ, ਜਿਹੜੀ ਸਰਕਾਰ ਆਊਗੀ ਉਹ ਇਹਨੂੰ ਰੂਲ ਕਰੂਗੀ, ਅਤੇ ਉੱਥੇ ਇਹੋ ਜਿਹੇ ਅਦਾਰੇ ਬਣ ਜਾਣ, ਉੱਥੇ ਬਾਹਰ ਦੇ ਬੰਦੇ ਆਪਸ ਲੱਗ ਜਾਣ, ਅਤੇ ਉੱਥੇ ਇਹੋ ਜਿਹੇ ਨੋਟਿਸ ਕੱਢ ਦਿੱਤੇ ਜਾਣ ਵੀ ਉੱਥੇ ਦੀ ਖਿੱਤੇ ਦੀ ਬੋਲੀ ਖਤਮ ਕਰ ਦਿੱਤੀ ਜਾਵੇ। ਸੋ ਸਾਰੇ ਆਪਣੇ ਸਾਰੇ ਪੰਜਾਬੀਆਂ ਵਾਸਤੇ ਵੀ ਵਿਚਾਰਨ ਦੀ ਗੱਲ ਬੜੀ ਹੈ ਇੱਥੇ। ਬਿਲਕੁਲ, ਗੰਭੀਰ ਮਸਲਾ ਹੈ, ਸਾਡੀ ਹੋਣ ਦਾ ਮਸਲਾ ਹੈ, ਸਾਡੀ ਭਾਸ਼ਾ ਦਾ ਮਸਲਾ ਹੈ।
ਚੰਡੀਗੜ੍ਹ ਦੇ ਕੁਝ ਪੰਜਾਬੀ ਭਾਸ਼ਾ ਪ੍ਰੇਮੀ ਨੇ ਜਿਨ੍ਹਾਂ ਨੇ ਪੰਜਾਬ ਦੇ ਨਵੇਂ ਚੁਣੇ ਗਏ ਮੈਂਬਰ ਪਾਰਲੀਮੈਂਟਾਂ ਨੂੰ ਤੇ ਚੰਡੀਗੜ੍ਹ ਦੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੂੰ ਚਿੱਠੀ ਲਿਖੀ ਸੀ ਕਿ ਉਹ ਸੰਸਦ ਦੇ ਵਿੱਚ ਜਾ ਕੇ ਪੰਜਾਬੀ 'ਚ ਸਹੁੰ ਚੱਕਣ, ਜਿਸ ਦਾ ਅਸਰ ਕਿਤੇ ਨਾ ਕਿਤੇ ਵੇਖਣ ਨੂੰ ਮਿਲਿਆ ਹੈ। ਚੰਡੀਗੜ੍ਹ ਦੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ, ਤੇ ਕੀ ਤੁਸੀਂ ਉਹਨਾਂ ਦੇ ਧਿਆਨ ਦੇ ਵਿੱਚ ਇਹ ਮਾਮਲਾ ਲੈ ਕੇ ਆਓਗੇ? ਕਿਉਂਕਿ ਉਹਨਾਂ ਨੇ ਖੁਦ ਇੱਕ ਆਸ ਦੀ ਕਿਰਨ ਜ਼ਰੂਰ ਜਗਾਈ ਹੈ, ਹਾਲਾਂਕਿ ਇਹ ਰਾਜਨੀਤੀ ਦਾ ਦਾਇਰਾ ਹੁੰਦਾ, ਪੋਲੀਟੀਕਲ ਉਹਨਾਂ ਦੇ ਆਪਣੇ ਵਿਲ ਹੁੰਦੇ ਨੇ, ਪਰ ਫਿਰ ਵੀ ਪੰਜਾਬੀ ਭਾਸ਼ਾ ਦੇ ਵਿੱਚ ਸਹੁੰ ਚੱਕ ਕੇ ਇੱਕ ਆਸ ਜ਼ਰੂਰ ਉਹਨਾਂ ਨੇ ਜਗਾਈ ਹੈ ਕਿ ਉਹਨਾਂ ਤੱਕ ਅਪਰੋਚ ਕਰਨ ਦੀ ਕੋਸ਼ਿਸ਼ ਕਰੋਗੇ? ਬਿਲਕੁਲ, ਜਿੱਥੇ ਤੱਕ ਸਾਡੀ ਅਪਰੋਚ ਚੱਲਦੀ ਹੈ, ਸਾਡੀ ਮਤਲਬ ਕੋਸ਼ਿਸ਼ ਚੱਲ ਰਹੀ ਹੈ ਕਿ ਗਵਰਨਰ ਸਾਹਿਬ ਨਾਲ ਪਹਿਲਾਂ ਮਿਲਿਆ ਜਾਵੇ, ਕਿਉਂਕਿ ਉਹ ਐਡਮਿਨਿਸਟ੍ਰੇਟਰ ਹੁੰਦੇ ਨੇ, ਪੂਰੇ ਯੂਟੀ ਦੇ ਉਹਨਾਂ ਦੇ ਅੰਡਰ ਹੁੰਦੀ ਹੈ, ਤੇ ਉਹ ਤੋਂ ਪਹਿਲਾਂ ਜਿੱਥੇ ਜਿੱਥੇ ਤੱਕ ਸਾਡੀ ਬਾਤ ਚੱਲਦੀ ਹੈ, ਅਸੀਂ ਸਾਰੀ ਜਥੇਬੰਦੀਆਂ ਤੇ ਸਾਰੇ ਐਕਟਿਵਿਸਟਾਂ ਨੂੰ ਵੀ ਅਸੀਂ ਅਪੀਲ ਕੀਤੀ ਹੈ ਕਿ ਤੁਸੀਂ ਵੀ ਆਪਣੇ ਲੈਵਲ ਤੇ ਕਰੋ। ਤੇ ਮਨੀਸ਼ ਤਿਵਾੜੀ ਪਹਿਲਾਂ ਆਨੰਦਪੁਰ ਸਾਹਿਬ ਤੋਂ ਐਮਪੀ ਰਹੇ ਨੇ, ਤੇ ਉਹਨਾਂ ਦੇ ਉੱਥੇ ਵੀ ਬੜੇ ਦਾਅਵੇ ਸੀਗੇ ਵੀ ਮੈਂ ਆਨੰਦਪੁਰ ਸਾਹਿਬ ਦੇ ਇਲਾਕੇ ਨੂੰ ਡਿਵੈਲਪ ਕਰਨ ਵਾਸਤੇ ਬੜੀ ਕੋਸ਼ਿਸ਼ ਕੀਤੀ ਹੈ, 5 ਸਾਲ ਦਿਖੇ ਵੀ ਨਹੀਂ ਉਹ, ਤੇ ਇੱਥੇ ਵੀ ਚੰਡੀਗੜ੍ਹ ਉਹਨਾਂ ਦਾ ਆਇਆ ਤੇ ਉਹਨਾਂ ਨੇ ਪੁਰਾਣੇ ਹੀ ਗੱਲਾਂ ਦੇ ਆਧਾਰ ਤੇ ਵੀ ਸ਼੍ਰੀ ਆਨੰਦਪੁਰ ਸਾਹਿਬ ਦੇ ਮੈਂ ਮਸਲੇ ਚੱਕੇ ਨੇ ਤੇ ਉਸੇ ਦੇ ਆਧਾਰ ਤੇ ਇੱਥੇ ਵੋਟ ਇਕੱਠੀ ਕੀਤੀ ਆ ਉਹਨਾਂ ਨੇ। ਸੋ ਕੋਸ਼ਿਸ਼ ਜ਼ਰੂਰ ਕਰਾਂਗੇ, ਪਰ ਆਸ ਉਮੀਦ ਸਿਆਸੀ ਲੋਕਾਂ ਤੋਂ ਥੋੜੀ ਘੱਟ ਹੁੰਦੀ ਹੈ, ਕਿਉਂਕਿ ਉਹਨਾਂ ਨੇ ਵੋਟਾਂ ਦੇਖਣੀਆਂ ਨੇ, ਪਹਿਲੇ ਕਿਹਾ ਕਿ ਪੋਲੀਟੀਕਲ ਵਿਲ ਹੁੰਦੀ ਹੈ, ਉਹਨਾਂ ਨੇ ਆਪਣੀਆਂ ਵੋਟਾਂ ਦੇਖਣੀਆਂ ਨੇ ਤੇ ਵੋਟਾਂ ਜੇ ਦੇਖਿਆ ਜਾਣ ਫਿਰ ਦੂਜੀ ਭਾਸ਼ਾ ਵਾਲਿਆਂ ਦੀ ਜ਼ਿਆਦਾ ਨੇ, ਸੋ ਉਹ ਆਪਣੇ ਵੋਟਾਂ ਵਾਸਤੇ ਦੂਜਿਆਂ ਨੂੰ ਲੱਗਦਾ ਨਹੀਂ ਵੀ ਨਾਰਾਜ਼ ਕਰਨਗੇ ਆਪਣੀ ਜ਼ਮੀਰ ਨੂੰ ਜਗਾ ਕੇ। PGI ਦੀ ਗੱਲ ਕਰੀਏ ਤਾਂ ਨੌਰਥ ਰੀਜਨ ਦਾ ਸਭ ਤੋਂ ਵੱਡਾ ਹੌਸਪੀਟਲ ਆ, ਈਵਨ ਬਹੁਤ ਦੂਰ ਦੂਰ ਤੋਂ ਲੋਕ ਆਉਂਦੇ ਨੇ, ਸਾਊਥ ਤੋਂ ਵੀ ਆਉਂਦੇ ਨੇ ਇੱਥੇ ਇਲਾਜ ਕਰਾਉਣ, ਪੰਜਾਬ ਤੋਂ ਵੀ ਆਉਂਦੇ ਨੇ, ਹਰਿਆਣਾ ਤੋਂ ਵੀ ਆਉਂਦੇ ਨੇ। ਜਿੱਥੇ ਤੱਕ ਗੱਲ ਰਹੀ ਹਿੰਦੀ ਭਾਸ਼ਾ ਦੀ, ਹਰ ਬੰਦਾ ਹਿੰਦੀ ਨਹੀਂ ਬੋਲ ਸਕਦਾ, ਕਿਉਂਕਿ ਅਸੀਂ ਜੇ ਪੰਜਾਬ ਦੇ ਪੇਂਡੂ ਖੇਤਰ ਦੀ ਗੱਲ ਕਰੀਏ, ਸਾਡੇ ਬਜ਼ੁਰਗ ਬਹੁਤ ਸਾਰੇ, ਚਲੋ ਜਿਹੜੇ ਨੌਜਵਾਨ ਨੇ ਪੜ੍ਹੇ ਲਿਖੇ ਨੇ ਉਹ ਤਾਂ ਹਰੇਕ ਭਾਸ਼ਾ ਦੇ ਵਿੱਚ ਆਪਣੇ ਆਪ ਨੂੰ ਢਾਲ ਲੈਂਦੇ ਨੇ, ਪਰ ਬਜ਼ੁਰਗਾਂ ਦੀ ਗੱਲ ਕਰੀਏ ਜਿਨ੍ਹਾਂ ਨੂੰ ਇੱਥੇ ਅਸੀਂ ਬਹੁਤ ਵਾਰ ਵੇਖਿਆ ਵੀ ਇਲਾਜ ਕਰਾਉਣ ਆਉਂਦੇ ਨੇ, ਉਹ ਕਿਵੇਂ ਹਿੰਦੀ ਭਾਸ਼ਾ 'ਚ ਗੱਲ ਕਰ ਸਕਣਗੇ? ਇਹ ਤਾਂ ਇੱਕ ਕਹਿੰਦੇ ਆ ਕਿ ਮੜ ਦਿੱਤੀ ਗਈ ਹੈ ਨਾ ਚੀਜ਼, ਪਰ ਉਹਨਾਂ ਦੇ ਲਈ ਬਹੁਤ ਔਖਾ ਹੋ ਜਾਣਾ ਹੈ ਗੱਲ ਕਰਨਾ ਉਹਨਾਂ ਵਾਸਤੇ ਵੀ। ਇੱਥੇ ਦੋ ਗੱਲਾਂ, ਪਹਿਲੀ ਦੇਖੀ ਜਾਵੇ ਇਹ ਗੱਲ ਹੁੰਦੀ ਹੈ ਕਿ ਸਾਊਥ ਤੋਂ ਜ਼ਿਆਦਾ ਡਾਕਟਰ ਆਉਂਦੇ ਨੇ, ਤੇ ਸਾਊਥ ਦਾ ਜਿੰਨਾ ਕੁ ਮੈਨੂੰ ਚੇਤੇ ਵੀ 2 ਸਾਲ ਪਹਿਲਾਂ ਦੀ ਗੱਲ ਹੈ ਵੀ ਜਿਹੜੇ ਬੋਰਡਾਂ ਤੇ ਆ ਜਿਹੜੀ ਦੁਕਾਨਾਂ ਤੇ ਹਿੰਦੀ ਲਿਖੀ ਗਈ ਸੀ, ਸਾਊਥ ਦੇ ਲੋਕ ਕਦੇ ਵੀ ਆਪਦੀ ਮਾਤ ਭਾਸ਼ਾ ਨੂੰ ਛੱਡ ਕੇ, ਮਾਂ ਬੋਲੀ ਨੂੰ ਛੱਡ ਕੇ ਕਿਸੇ ਹੋਰ ਭਾਸ਼ਾ ਨੂੰ ਮਾਨਤਾ ਨਹੀਂ ਦਿੰਦੇ, ਨਹੀਂ ਦਿੰਦੇ। ਉਹਨਾਂ ਲੋਕਾਂ ਨੂੰ ਇਹ ਚੀਜ਼ ਪਤਾ ਹੈ ਕਿ ਸਾਡੀ ਜਿਹੜੀ ਦ੍ਰਵਿੜ ਭਾਸ਼ਾ ਹੈ ਸਾਊਥ ਜਿਹੜੀ ਵੱਖੋ ਵੱਖ ਭਾਸ਼ਾਵਾਂ ਨੇ ਵੀ ਉਹਨੂੰ ਛੱਡ ਕੇ ਸਾਡਾ ਗੁਜ਼ਾਰਾ ਨਹੀਂ ਹੈ। ਤੇ ਦੂਜੀ ਗੱਲ ਇਹ ਹੈ ਕਿ ਬਜ਼ੁਰਗਾਂ ਦੀ ਗੱਲ ਵੱਖਰੀ ਹੈ ਵੀ ਜਿਹੜੀ ਹਿੰਦੀ ਦੇ ਸ਼ਬਦ ਠੇਠ ਹਿੰਦੀ ਦੇ ਸ਼ਬਦ ਇਹ ਵਰਤੇ ਜਾਂਦੇ ਨੇ ਜਾਂ ਲਿਖਤੀ ਕੰਮਾਂ 'ਚ ਵਰਤੇ ਜਾਂਦੇ ਨੇ, ਅਸੀਂ ਯੂਨੀਵਰਸਿਟੀਆਂ 'ਚ ਪੜ੍ਹਦੇ ਹਾਂ ਸਾਥੋਂ ਨਹੀਂ ਪੜ੍ਹੇ ਜਾਂਦੇ ਜੇ ਅਸੀਂ ਔਖੇ ਸੌਖੇ, ਕਿਉਂਕਿ ਜਿਹੜੇ CBSE ਜਾਂ ਹੋਰ ਜਿਹੜੇ ਸੈਂਟਰ ਦੇ ਬੋਰਡਾਂ ਥੱਲੇ ਪੜ੍ਹੇ ਨੇ ਹਨਾ, ਉਹਨਾਂ ਨੂੰ ਫਿਰ ਵੀ ਹਿੰਦੀ 10ਵੀਂ 12ਵੀਂ ਤੱਕ ਪੜ੍ਹਾਈ ਜਾਂਦੀ ਹੈ, ਪਰ ਫਿਰ ਵੀ ਉਹਨਾਂ ਹਿੰਦੀ ਸਕੂਲਾਂ 'ਚ ਪੜ੍ਹ ਕੇ ਵੀ ਬੱਚਿਆਂ ਨੂੰ ਉਹ ਭਾਸ਼ਾ ਨਹੀਂ ਚੰਗੀ ਤਰ੍ਹਾਂ ਆਉਂਦੀ, ਬੋਲ ਆਮ ਬੋਲੀ 'ਚ ਸਮਝ ਸਕਦੇ ਹਾਂ ਕੋਈ ਮਸਲਾ ਨਹੀਂ, ਬੋਲਣ ਲੱਗੇ ਔਖੇ ਸੌਖੇ ਹੋ ਕੇ ਬੋਲ ਲੈਂਦੇ ਨੇ, ਪਰ ਜਿਹੜੀ ਲਿਖਤੀ ਭਾਸ਼ਾ ਆਉਂਦੀ ਹੈ ਲਿਪੀਆਂ ਉਹ ਜਿਹੜੇ ਅੱਖਰ ਲਿਖੇ ਗਏ ਨੇ ਉਹ ਆਮ ਉਹ ਤਾਂ ਹੈ ਨਹੀਂ, ਜਿਹੜੇ ਆਮ ਬੋਲਚਾਲ 'ਚ ਬੋਲਦੇ ਨੇ ਉਹ ਪੜ੍ਹਿਆ ਲਿਖਿਆ ਬੰਦਾ ਨਹੀਂ ਸਮਝ ਸਕਦਾ, ਬਜ਼ੁਰਗਾਂ ਦੀ ਤਾਂ ਬੜੀ ਦੂਰ ਦੀ ਗੱਲ ਹੈ। ਕੁਝ ਟਿਪੀਕਲ ਵਰਡਸ ਹੁੰਦੇ, ਬੜੇ ਟਿਪੀਕਲ ਵਰਡ ਇਹੋ ਜਿਹੇ ਨੇ ਵੀ ਜਿਹੜੇ ਆਮ ਪੜ੍ਹੇ ਲਿਖੇ ਲੋਕਾਂ ਨੂੰ ਨਹੀਂ ਸਮਝ ਆਉਂਦੇ। ਤੇ ਇੱਥੇ ਗੱਲ ਇਹ ਹੈ ਵੀ ਪੰਜਾਬ ਦਾ ਇੱਕ ਤਾਂ ਸਸਤਾ ਇਲਾਜ ਹੈ ਇੱਥੇ, ਤੇ ਦੂਜਾ ਪੰਜਾਬ ਦਾ ਸਭ ਤੋਂ ਵੱਡਾ ਉਹ ਮੈਡੀਕਲ ਇੰਸਟੀਟਿਊਟ ਹੈ ਇਹ, ਪੰਜਾਬ ਤੋਂ ਦੂਰੋਂ ਦੂਰੋਂ ਲੋਕ ਆਉਂਦੇ ਨੇ, ਜਿਵੇਂ ਬਠਿੰਡੇ ਸਾਈਡ ਕੈਂਸਰ ਬੈਲਟ ਚੱਲਦੀ ਉਹਦੇ ਇਲਾਜ ਵਾਸਤੇ ਜਾਂ ਹੋਰ, ਤੇ ਜੇ ਆਸੇ ਪਾਸੇ ਦੇ ਇਲਾਕੇ 'ਚ ਦੇਖਿਆ ਜਾਵੇ ਚਾਹੇ ਨਿਊ ਚੰਡੀਗੜ੍ਹ ਹੋਵੇ
ਹਜੇ ਵੀ ਇੱਥੇ ਸਾਰੇ ਪੰਜਾਬੀ ਬੋਲਦੇ ਖਿੱਚੇ ਨੇ, ਚਾਹੇ ਮੁੱਲਾਂ ਪਰ ਗਰੀਬ ਮੁੱਲਾਂ ਪਰ ਹੋਵੇ ਜਾਂ ਹੋਰ ਇਲਾਕੇ ਹੋਣ, ਸਾਰੇ ਪੰਜਾਬੀ ਬੋਲਦੇ ਜਿਹੜਾ ਤੇ ਪੰਜਾਬੀ ਨਾਲ ਹੀ ਜੁੜੀਆਂ ਨੇ ਜੀ, ਤੇ ਉਹਨਾਂ ਨੇ ਇਲਾਜ ਕਰਾਉਣ ਆਉਣਾ ਇੱਥੇ ਹੈ। ਸਭ ਤੋਂ ਵੱਡੀ ਗੱਲ ਇਹ ਹੈ ਵੀ ਚਾਹੇ ਹਰਿਆਣਾ, ਹਰਿਆਣੇ ਦੇ ਆਪਦੇ ਮੈਡੀਕਲ ਇੰਸਟੀਚਿਊਟ ਵੀ ਵੱਡੇ ਹੈਗੇ ਨੇ, ਦਿੱਲੀ 'ਚ ਏਮਸ ਹੈਗਾ ਵੱਡਾ, ਤੇ ਹਿਮਾਚਲ ਦੇ ਉਹਨਾਂ ਦੇ ਆਪਦੇ ਇੰਸਟੀਚਿਊਟ ਨੇ, ਤੇ ਜੇ ਬਾਹਰਲੀ ਬੋਲੀਆਂ ਦੇ ਗੱਲ ਕਰੀ ਜਾਵੇ, ਬਾਹਰਲੇ ਬੰਦੇ ਦੂਜੀ ਸਟੇਟਾਂ ਨੂੰ ਅਸੈਪਟ ਨਹੀਂ ਕਰਦੇ, ਤੇ ਸਾਡੇ ਤੇ ਇਹ ਥੋਪੀ ਜਾ ਰਹੀ ਹੈ ਤੁਸੀਂ ਬਾਹਰਲੀ ਬੋਲੀ ਨੂੰ ਵੀ ਆਪਦੀ, ਅਸੀਂ ਰਿਸਪੈਕਟ ਕਰਦੇ ਹਾਂ ਹਰ ਬੋਲੀ ਦੀ, ਅਸੀਂ ਨਹੀਂ ਕਹਿੰਦੇ ਵੀ ਸਿਰਫ ਪੰਜਾਬੀ ਹੋਵੇ, ਅੰਗਰੇਜ਼ੀ ਕਈ ਬੰਦੇ ਬਾਹਰੋਂ ਆਉਂਦੇ ਨੇ ਜਾਂ ਹੋਰ ਸਟੇਟਾਂ ਤੋਂ ਆਉਂਦੇ ਨੇ, ਉਹਨਾਂ ਨੂੰ ਜੀ ਆਇਆ ਹੈ, ਪਰ ਇਹ ਗੱਲ ਹੈ ਵੀ ਜਿਹੜੀ ਉੱਥੇ ਦੀ ਮਾਤ ਭਾਸ਼ਾ, ਉੱਥੇ ਦੀ ਖਿੱਤੇ ਦੀ ਬੋਲੀ ਹੈ, ਉਹਨੂੰ ਖਤਮ ਕਰਨਾ, ਤੇ ਕਈ ਬਿਮਾਰੀਆਂ ਇਹੋ ਜਿਹੀਆਂ ਹੁੰਦੀਆਂ ਨੇ ਵੀ ਜਿਹੜੇ ਪਿੰਡਾਂ ਦੇ ਬਜ਼ੁਰਗ, ਉਹ ਕਈ ਇਹੋ ਜਿਹੀਆਂ ਹੁੰਦੀਆਂ ਨੇ ਵੀ ਪਿੰਡ ਦਾ ਡਾਕਟਰ ਵੈਦੇ ਸਮਝ ਸਕਦਾ, ਜਿਹੜੀ ਉਹਨਾਂ ਦੀ ਬੋਲੀ 'ਚ ਉਹਨਾਂ ਨੇ ਆਪਣੇ ਹਾਵ ਭਾਵ ਦੱਸਣੇ ਨੇ ਵੀ ਉੱਥੇ ਤੁਸੀਂ ਹਿੰਦੀ ਕਹਿ ਦਿਓ, ਪਹਿਲਾਂ ਅਗਲਾ ਦੁੱਖ ਤਕਲੀਫ 'ਚ ਆਇਆ ਹੈ ਤੁਹਾਡੇ ਕੋਲ, ਉੱਤੋਂ ਤੁਸੀਂ ਉਹਨੂੰ ਬੋਲੀ ਦਾ ਜਾਪਾ ਪਾ ਕੇ ਬੈਠ ਜਾਓ। ਜਿਵੇਂ ਹਾਲਾਂਕਿ ਆਪਣੇ ਚਲੋ ਇੱਕ ਜੋਕ ਬਹੁਤ ਸੁਣਨ ਨੂੰ ਮਿਲਦਾ ਸੀਗਾ ਵੀ ਇੱਕ ਮਾਤਾ ਇਲਾਜ ਕਰਾਉਣ ਜਾਂਦੀ ਹੈ ਤੇ ਡਾਕਟਰ ਨੂੰ ਜਾ ਕੇ ਕਹਿੰਦੀ ਹੈ ਵੀ ਚਿੱਤ ਘਾਉਮੋਂ ਕਰਦਾ ਹੈ, ਚਿੱਤ ਘਾਉਮੋਂ ਕਰਦਾ ਹੈ, ਮਤਲਬ ਹੁੰਦਾ ਘਬਰਾਹਟ ਹੁੰਦੀ ਹੈ, ਜਿਹੜੀ ਸ਼ਹਿਰ ਦੀ ਡਾਕਟਰ ਉਹ ਨਹੀਂ ਸਮਝ ਸਕੀ, ਜਿਹੜਾ ਪਿੰਡ ਦਾ ਕੰਪਾਊਂਡਰ ਸੀਗਾ ਉਹ ਸਮਝ ਗਿਆ ਵੀ ਇਹਨੂੰ ਘਬਰਾਹਟ ਹੋ ਰਹੀ ਹੈ, ਹਨਾ। ਸੋ ਸਾਡੇ ਭੋਲੇ ਭਾਲੇ ਲੋਕ ਹਾਲੇ ਵੀ ਉਦਾਂ ਦੇ ਹੀ ਨੇ, ਉਹਨਾਂ ਨੂੰ ਬਿਮਾਰੀ ਸਮਝਾਉਣੀ ਨਹੀਂ ਆਉਂਦੀ, ਉਹ ਸਿੰਪਟਮ ਦੱਸਦੇ ਨੇ ਵੀ ਏਦਾਂ ਹੁੰਦਾ, ਉਹ ਵੀ ਆਪਣੀ ਭਾਸ਼ਾ ਦੇ ਵਿੱਚ, ਤੇ ਇਹ ਤਾਂ ਫਿਰ ਉਹਨਾਂ ਦੇ ਨਾਲ ਵਿਤਕਰਾ ਧੱਕਾ ਹੀ ਹੈ, ਉਹ ਇਲਾਜ ਕਿਵੇਂ ਕਰਾਉਂਦੇ। ਤੇ ਇੱਥੇ ਇੱਕ ਹੋਰ ਜਿਹੜਾ ਉਦਣ 4 ਤਰੀਕ ਨੂੰ ਨੋਟਿਸ ਕੱਢਿਆ, ਉਹਦੇ 'ਚ ਓਪੀਡੀ ਕਾਰਡ ਬੋਲਚਾਲ ਤੇ ਇੱਕ ਹੋਰ ਉੱਚ ਗੱਲ ਸੀ ਕਿ ਅਗਰ ਤੁਸੀਂ ਬਿਮਾਰੀਆਂ ਨੂੰ ਲੈ ਕੇ ਜਾਂ ਫਿਰ ਕਿਸੇ ਦਵਾਈਆਂ ਨੂੰ ਲੈ ਕੇ ਵੀਡੀਓਗ੍ਰਾਫੀ ਕਰਕੇ ਅਵੇਅਰਨੈਸ ਕਰਨੀ ਹੈ, ਉਹ ਵੀ ਤੁਸੀਂ ਹਿੰਦੀ 'ਚ ਕਰੋ, ਇਹ ਵੀ ਉਸੇ ਨੋਟਿਸ ਦਾ ਹਿੱਸਾ ਸੀ। ਤੇ ਹੁਣ ਫਿਰ ਗੱਲ ਮਸਲਾ ਉੱਥੇ ਹੈ ਵੀ ਜਿਹੜੇ ਪਿੰਡਾਂ ਦੇ ਲੋਕ ਇਹੀ ਦੱਸ ਰਹੇ ਨੇ ਵੀ ਘਬਰਾਹਟ ਨੂੰ ਚਿੱਤ ਘਾਉਂ-ਮਾਉਂ ਕਰਦਾ, ਠੀਕ ਹੈ, ਵੀ ਉਹ ਬੰਦੇ ਹਿੰਦੀ 'ਚ ਕਿਵੇਂ ਸਮਝ ਲੈਣਗੇ ਤੁਹਾਡੀਆਂ ਗੱਲਾਂ ਜਾਂ ਤੁਹਾਡੀ ਬਿਮਾਰੀਆਂ ਦੇ ਇਲਾਜ, ਉਹਨਾਂ ਵਾਸਤੇ ਤਾਂ ਗੱਲ ਫਿਰ ਉੱਥੇ ਦੀ ਉੱਥੇ ਰਹਿ ਗਈ। ਉਹ ਗੱਲ ਹੈ ਵੀ ਘਰ ਉਜਾੜ ਕੇ ਇਹਨਾਂ ਦੇ ਮਤਲਬ ਵੀ ਸ਼ਹਿਰ ਖੜੇ ਕਰਤੇ, ਸ਼ਹਿਰ 'ਚ ਇੰਸਟੀਚਿਊਟ ਖੜੇ ਕਰਤੇ, ਪਰ ਕਿੱਤੇ ਬਗਾਨਿਆਂ ਵਾਸਤੇ ਹੈ, ਆਪਦਾ ਤਾਂ ਉਹਨਾਂ ਦਾ ਕੋਈ ਹਾਲ ਬਿਹਾਲ ਨਾ ਹੋਇਆ। ਬਿਲਕੁਲ, ਅਸੀਂ ਗੱਲ ਕਰ ਹੀ ਰਹੇ ਹਾਂ, ਭਾਸ਼ਾ ਦੀ ਤਾਂ ਗੱਲ ਹੋ ਹੀ ਰਹੀ ਹੈ, ਇੱਕ ਚੀਜ਼ ਹੋਰ ਵੀ ਵੇਖਣ 'ਚ ਆਉਂਦੀ ਹੈ ਦਰਸ਼ਪ੍ਰੀਤ ਜੀ ਕਿ ਜਦੋਂ ਅਸੀਂ ਬਹੁਤ ਵਾਰ ਮੈਂ ਵੀ PGI ਚੰਡੀਗੜ੍ਹ ਗਈ ਹਾਂ ਅਤੇ ਜਿਹੜਾ ਐਡਮਿਨਿਸਟ੍ਰੇਟਿਵ ਸਟਾਫ ਹੈ ਉਹਦੇ ਵਿੱਚ ਬਹੁਤ ਗਿਣਤੀ ਸਟਾਫ ਹਿਮਾਚਲ ਜਾਂ ਹਰਿਆਣਾ ਤੋਂ ਹੈ, ਉੱਥੇ ਪੰਜਾਬੀਆਂ ਦੀ ਗਿਣਤੀ ਬਹੁਤ ਘੱਟ ਹੈ, ਮਤਲਬ ਪੰਜਾਬੀਆਂ ਦੀ ਭਰਤੀ ਵੀ ਈਜ਼ੀਲੀ ਜੇ ਆਪਾਂ ਕਹੀਏ ਸੌਖੇ ਤਰੀਕੇ ਨਾਲ PGI ਦੇ ਵਿੱਚ ਨਹੀਂ ਹੁੰਦੀ। ਜੇ ਇਹਦੇ ਦੇਖਣੇ ਹੋਣ, ਇਹਦੇ ਦੋ ਕਾਰਨ ਬਣਦੇ ਨੇ, ਇੱਕ ਤਾਂ ਵੀ ਜਿਹੜੀ ਪੰਜਾਬ ਦੀ ਮਾਈਗ੍ਰੇਸ਼ਨ ਦੀ ਪਾਲਿਸੀ ਚੱਲ ਰਹੀ ਹੈ, ਪੰਜਾਬ 'ਚ ਬਹੁਤਾ ਜਿਹੜਾ ਨੌਜਵਾਨ ਹੈ ਅੱਜ ਦੇ ਟਾਈਮ 'ਚ ਬਾਹਰ ਜਾ ਰਿਹਾ 12ਵੀਂ ਕਰਕੇ, ਅਤੇ ਉਹਦੇ ਕਰਕੇ, ਅਤੇ ਦੂਜਾ ਵੀ ਜਿਹੜੇ ਹੋਰ ਖਿੱਤਿਆਂ ਦੇ, ਖਾਸ ਕਰ ਆਪਾਂ ਗੱਲ ਕਰੀਏ ਵੀ ਸੈਂਟਰਲ ਹਿੰਦੀ ਬੈਲਟ ਹੈ ਜਿਹੜੀ, ਉਹਦੀ ਮਾਈਗ੍ਰੇਸ਼ਨ ਬੜੀ ਹੋ ਰਹੀ ਹੈ ਪੰਜਾਬ 'ਚ, ਵੀ ਜਿਹੜਾ ਬੰਦਾ ਅੱਜ ਤੋਂ 10 ਸਾਲ ਪਹਿਲਾਂ ਇੱਥੇ ਕਾਮੇ ਵਜੋਂ ਆਇਆ ਸੀ, ਉਹਨੇ ਭਾਵੇਂ ਪਹਿਲਾਂ ਠੇਕੇ 'ਤੇ ਜ਼ਮੀਨ ਲੈ ਕੇ ਆਪਦੀ ਜ਼ਮੀਨ ਬਣਾ ਲਈ, ਆਪਦੇ ਬੱਚੇ ਇੱਥੇ ਬੁਲਾ ਲਏ, ਉਹਨਾਂ ਨੂੰ ਇੱਥੇ ਪੜ੍ਹਾਇਆ, ਆਪਣੇ ਵਾਲੇ ਬਾਹਰ ਚਲੇ ਗਏ, ਉਹਨਾਂ ਦੇ ਬੱਚੇ ਆ ਕੇ ਇੱਥੇ ਪੜ੍ਹ ਰਹੇ ਨੇ, ਅਤੇ ਉਹੀ ਅੱਗੇ ਉਹਨਾਂ ਨੂੰ ਹੀ ਓਪਰਚੁਨਿਟੀਆਂ ਮਿਲ ਰਹੀਆਂ ਨੇ ਇੱਥੇ ਜਿੰਨੀਆਂ ਹੈ। ਅਤੇ ਉਸ ਤੋਂ ਬਾਅਦ ਜੇ ਚੰਡੀਗੜ੍ਹ ਵਰਗੇ ਸ਼ਹਿਰ ਪੰਜਾਬ ਦੀ ਧਰਤੀ 'ਤੇ ਬਣੇ ਨੇ, ਇੱਥੇ ਪੰਜਾਬ ਵਾਸਤੇ ਕੋਈ ਰਾਖਵਾਂ ਕਰਨ ਕੋਈ ਹੈ ਨਹੀਂ। ਇੱਥੇ ਪਿੱਛੇ ਜੇ ਗੱਲ ਚੱਲੀ ਸੀ ਕਿਸੇ ਸਿਆਸੀ ਪਾਰਟੀ ਵੱਲੋਂ ਕਿ ਚੰਡੀਗੜ੍ਹ ਦੇ ਲੋਕਾਂ ਨੂੰ 85% ਕੋਟਾ ਦਿੱਤਾ ਜਾਵੇ ਨੌਕਰੀਆਂ 'ਤੇ ਐਡਮਿਸ਼ਨਾਂ 'ਚ, ਹੁਣ ਗੱਲ ਫਿਰ ਉੱਥੇ ਉਹੀ ਹੈ ਵੀ ਪਹਿਲਾਂ ਤਾਂ ਉਹਨਾਂ ਨੂੰ ਵਸੇ ਵਸਾਏ ਸ਼ਹਿਰ ਮਿਲ ਗਏ, ਜਿੰਨੀਆਂ ਸੁਵਿਧਾਵਾਂ ਇੱਥੇ ਹੈ ਉਹ ਕਿਤੇ ਨਹੀਂ ਹੈਗੀਆਂ, ਉਹਦੇ 'ਚ ਵੀ ਤੁਸੀਂ ਇਹ ਚੀਜ਼ ਕਹੋ ਕਿ ਉਹਨਾਂ ਨੂੰ ਹੀ ਰਾਖਵਾਂ ਕਰਨ ਦਿੱਤਾ ਜਾਵੇ। ਇੱਥੇ ਬਹੁਤ ਐਗਜ਼ਾਮਪਲ ਆਉਂਦੀਆਂ ਨੇ ਵੀ ਕਈ ਬਜ਼ੁਰਗ ਜਿਨ੍ਹਾਂ ਦੀ ਪੁਰਾਣੀਆਂ ਮੋਟਰਾਂ ਸੀ, ਇੱਥੇ ਦਰਖਤਾਂ ਨੂੰ ਆ ਕੇ ਦੇਖਦੇ ਨੇ ਕਿ ਅਸੀਂ ਛੋਟੇ ਹੁੰਦੇ ਬੂਟਾ ਲਾਇਆ ਸੀ,
ਉਹ ਲੋਕਾਂ ਦੇ ਜਜ਼ਬਾਤ ਅੱਜ ਵੀ ਇਸੇ ਮਿੱਟੀ ਨਾਲ ਜੁੜੇ ਹੋਏ ਨੇ ਤੇ ਉਹਨਾਂ ਦੇ ਬੱਚਿਆਂ ਨੂੰ ਇੱਥੇ ਨੌਕਰੀਆਂ ਦੀ ਕੋਈ ਥਾਂ ਨਹੀਂ ਹੈ। ਉਹਨਾਂ ਦੀਆਂ ਕਿਸੇ ਨੀਤੀ ਅਧੀਨ ਜ਼ਮੀਨਾਂ ਬਹੁਤੀਆਂ ਮਹਿੰਗੀਆਂ ਕਰਕੇ ਬਾਹਰ ਦੇ ਖਿੱਤੇ ਦੇ ਲੋਕਾਂ ਨੂੰ, ਬਾਹਰ ਦੇ ਖਿੱਤੇ ਦੇ ਲਾਲਿਆਂ ਨੂੰ ਜਾਂ ਬਿਜ਼ਨਸਮੈਨਾਂ ਨੂੰ ਦੇ ਕੇ ਉਹਨਾਂ ਨੂੰ ਜਮਾਂ ਹੀ ਕਹਿ ਲਓ ਵੀ ਐਸ਼ ਪ੍ਰਸਤੀ ਦੇ ਰਾਹ ਪਾਉਣਾ, ਇਹ ਵੀ ਇਹਨਾਂ ਦੀ ਹੋਇਆ ਅਤੇ ਮਗਰੋਂ ਬਾਹਰ ਜਾਣਾ ਅਤੇ ਉਸ ਤੋਂ ਬਾਅਦ ਇੱਥੇ ਪੰਜਾਬ ਵਾਸਤੇ, ਪੰਜਾਬ ਦੇ ਲੋਕਾਂ ਵਾਸਤੇ ਕਿਸੇ ਤਰ੍ਹਾਂ ਦਾ ਨਾ ਰਾਖਵਾਂ ਕਰਨਾ ਅਤੇ ਵਿਤਕਰਾ ਇਸ ਹਿਸਾਬ ਦਾ ਵੀ ਜਿੰਨਾ ਵੀ ਚਾਹੇ ਪੀ ਜੀ ਆਈ ਦਾ ਆਪਾਂ ਗੱਲ ਚੱਲਦੀ ਆ ਉਹਦਾ ਐਗਜ਼ਾਮਪਲ ਲਈਏ, ਪੀ ਜੀ ਆਈ ਦਾ ਸਭ ਤੋਂ ਵੱਧ ਸਟਾਫ ਜਾਂ ਐਡਮਿਨਿਸਟ੍ਰੇਸ਼ਨ ਹੈ ਜਿਹੜਾ ਉਹ ਹਿਮਾਚਲ ਦਾ ਹੈ ਅਤੇ ਹਿਮਾਚਲ 'ਚ ਉਹਨਾਂ ਦੀ ਖੁਦ ਦੀ ਧਰਤੀ 'ਤੇ ਕੀ ਰੂਲ ਹੈ ਵੀ ਪੰਜਾਬ ਜਾਂ ਕਿਸੇ ਹੋਰ ਸਟੇਟ ਦਾ ਬੰਦਾ ਮਰਲਾ ਨਹੀਂ ਲੈ ਸਕਦਾ। ਬਿਲਕੁਲ, ਉੱਥੇ ਜਾ ਕੇ ਅਸੀਂ ਮਰਲਾ ਨਹੀਂ ਲੈ ਸਕਦੇ, ਉਹ ਆ ਕੇ ਇੱਥੇ ਸਾਡਾ ਪੂਰਾ ਸ਼ਹਿਰ ਲੈਣ ਨੂੰ ਲੈ ਰਹੇ ਨੇ ਉਹਨਾਂ ਵੱਲੋਂ ਇੱਥੇ ਆ ਕੇ ਆਪਦੀ ਮਨ ਮਰਜ਼ੀ ਦੇ। ਹੁਣ ਇੱਥੇ ਮਨ ਮਰਜ਼ੀ ਸ਼ਬਦ ਇਸ ਕਰਕੇ ਆ ਕਿ ਜਿਹੜਾ ਹਿੰਦੀ ਦਾ ਨੋਟਿਸ ਕੱਢਿਆ ਉਹ ਇੱਕ ਤਰਫਾ ਹੈ, ਉਹ ਉਹਨਾਂ ਦੀ ਮਰਜ਼ੀ, ਉਹਨਾਂ ਦਾ ਚਿੱਤ ਕਰਿਆ ਉਹਨਾਂ ਨੇ ਹਿੰਦੀ ਲਾਗੂ ਕਰਨ ਵਾਸਤੇ ਕਹਿਤਾ। ਜਦੋਂ ਦੂਜੀ ਧਿਰ ਨੇ ਇੱਥੇ ਦੀ ਮਾਂ ਬੋਲੀ ਦੇ ਲੋਕਾਂ ਨੇ ਆਪਦੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਹੈ ਵੀ ਤੁਸੀਂ ਗੱਲ ਨਹੀਂ ਮੰਨਣੀ ਵੱਖਰੀ ਗੱਲ ਹੈ, ਵੀ ਤੁਹਾਡੇ ਕੋਲ ਅਧਿਕਾਰ ਹੈ ਤੁਸੀਂ ਗੱਲ ਸੁਣੋ। ਪੁਰਾਣੇ 2019 ਦੇ ਵਿੱਚ ਵੀ ਪੀ ਜੀ ਆਈ ਦੇ ਡਾਇਰੈਕਟਰ ਕੋਲ ਗਏ ਸਨ, ਉਦੋਂ ਡਾਇਰੈਕਟਰ ਹੋਰ ਸਨ ਤੇ ਉਹ ਵੀ ਉਨੇ ਤੋਂ ਸੀ ਡਾਇਰੈਕਟਰ ਸਾਹਿਬ ਸਨ ਜਿਹੜੇ ਜਗਤ ਰਾਮ, ਤੇ ਉਹਨਾਂ ਨੇ ਇਹ ਚੀਜ਼ ਮੰਨੀ ਹੈ ਵੀ ਜੇ ਅਸੀਂ ਬੋਰਡਾਂ ਤੇ ਹਿੰਦੀ ਲਿਖੀ ਆ ਉਹ ਸਾਡੇ ਹਿੱਸੇ ਤੇ ਗਲਤੀ ਹੈ, ਵੀ ਜੇ ਪੰਜਾਬ ਦੀ ਧਰਤੀ ਤੇ ਬਣਿਆ ਤੇ ਇੱਥੇ ਪੰਜਾਬੀ ਬੋਲੀ ਦਾ ਹੱਕ ਹੈਗਾ ਏ, ਹੱਕ ਕੀ ਸਭ ਤੋਂ ਵੱਧ ਹੱਕ ਪੰਜਾਬੀ ਬੋਲੀ ਦਾ ਇੱਥੇ, ਤੇ ਉਹਨਾਂ ਵੱਲੋਂ ਮੰਨੀ ਗਈ ਹੈ। ਬਟ ਅੱਜ ਦੀ ਗੱਲ ਇਹ ਹੋਊਗੀ ਵੀ ਜਿੰਨਾ ਸਟਾਫ ਹੈ ਉਹ ਸਾਰਾ ਬਾਹਰਲੀ ਸਟੇਟਾਂ ਤੋਂ ਆ ਰਿਹਾ ਏ ਤੇ ਬਹੁਤੀਆਂ ਸਟੇਟਾਂ 'ਚ ਇਹ ਰੂਲ ਹੈਗਾ ਵੀ ਉੱਥੇ ਉਸੇ ਖਿੱਤੇ ਦੇ ਲੋਕਾਂ ਵਾਸਤੇ ਚਾਹੇ ਬੋਲੀ ਦੇ ਆਧਾਰ 'ਤੇ ਹੋਵੇ ਚਾਹੇ ਸਟੇਟ ਦੇ ਆਧਾਰ 'ਤੇ ਹੋਵੇ ਉੱਥੇ ਰਾਖਵਾਂ ਕਰਨ ਹੈਗਾ ਏ, ਵੀ ਬਾਹਰ ਦੇ ਬੰਦੇ ਉਹਨਾਂ ਨੇ ਫਿਕਸ ਕਰਤੇ ਵੀ ਇੰਨੇ ਹੀ ਹੋਣਗੇ ਵੀ ਬਹੁ ਗਿਣਤੀ ਪਰ ਉਸ ਸਟੇਟ ਦੇ ਹੋਣਗੇ, ਪਰ ਪੰਜਾਬ ਦੀ ਧਰਤੀ ਤੇ ਇਹੋ ਨਾ ਪੰਜਾਬ ਸਰਕਾਰ ਨੇ ਇਸ 'ਤੇ ਕੋਈ ਧਿਆਨ ਦਿੱਤਾ ਕਿਹਾ ਜਾ ਸਕਦਾ। ਸਵਾਲ ਤੁਹਾਨੂੰ ਪੁੱਛਣ ਵਾਲੀ ਸੀ ਕਿ ਜੇ ਪੰਜਾਬ ਦਾ ਉਸ ਵੇਲੇ ਦਾ ਮੁੱਖ ਮੰਤਰੀ ਇਹ ਚੀਜ਼ ਦਾ ਇਨੀਸ਼ੀਏਟ ਲੈ ਸਕਦਾ ਵੀ ਪੀ ਜੀ ਆਈ ਵਰਗਾ ਹੋਸਪਿਟਲ ਬਣਨਾ ਚਾਹੀਦਾ, ਉਹਦੀ ਤਸਵੀਰ ਉੱਥੇ ਲੱਗੀ ਹੋਈ ਹੈ, ਐਡਮਿਨਿਸਟ੍ਰੇਸ਼ਨ ਬਲਾਕ ਦਾ ਜਿਹੜਾ ਨਾਮ ਹੈ ਕੈਰੋਂ ਦੇ ਨਾਮ 'ਤੇ ਹੈ, ਅਤੇ ਹੁਣ ਦੇ ਮੁੱਖ ਮੰਤਰੀ ਇਸ ਮੁੱਦੇ 'ਤੇ ਗੱਲ ਕਿਉਂ ਨਹੀਂ ਕਰਦੇ? ਇਹਦਾ ਦੇਖਿਆ ਜਾਵੇ ਪਹਿਲਾਂ ਤਾਂ ਵੀ ਜਿਹੜਾ ਜਦੋਂ ਪੀ ਜੀ ਆਈ ਬਣਿਆ ਉਹਦਾ ਪਹਿਲਾਂ ਰੂਲ ਦਿੱਤਾ ਗਿਆ ਪੰਜਾਬ ਦੇ ਅਧੀਨ ਅਨਡਿਵਾਈਡਡ ਪੰਜਾਬ ਨੂੰ, ਉਹਦੇ ਕੋਲ ਕੰਟਰੋਲ ਸੀ, ਫਿਰ ਮੁੜ ਕੇ ਜਦੋਂ ਹਰਿਆਣਾ ਵੱਖਰਾ ਬਣ ਗਿਆ ਤੇ ਪੰਜਾਬ ਚੰਡੀਗੜ੍ਹ ਯੂਟੀ ਬਣ ਗਿਆ 1966 ਤੋਂ ਬਾਅਦ, ਹਾਂਜੀ 1966 ਤੋਂ ਬਾਅਦ, ਤੇ ਉਦੋਂ ਫਿਰ ਇਹ ਯੂਟੀ ਦੇ ਅੰਡਰ ਆ ਗਿਆ। ਪਰ ਪੰਜਾਬ ਦੀ ਗੱਲ ਇਹ ਹੈ ਕਿ ਜਿਹੜੀ ਨਵੀਂ ਸਰਕਾਰ ਬਣੀ ਹੈ, ਨਵੀਂ ਕੀ ਪੁਰਾਣੀਆਂ ਸਰਕਾਰਾਂ ਦੇ ਵੀ ਉਹ ਹਾਲ ਰਹੇ ਨੇ, ਤੇ ਚਾਹੇ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਸੀ ਉਹਨਾਂ ਨੇ ਤਾਂ ਜੇ ਯੂਨੀਵਰਸਿਟੀ ਦੀ ਗੱਲ ਕਰੀਏ ਇੱਥੇ NOC ਦਿੱਤੀ ਸੀ ਫੰਡ ਵੀ ਸੈਂਟਰਲ ਯੂਨੀਵਰਸਿਟੀ ਹੈ, ਤੇ ਪੰਜਾਬ ਦੀ ਚਾਹੇ ਹੁਣ ਲੋਕਾਂ ਨੇ ਇਹ ਚੀਜ਼ ਚੁਣੀ ਹੈ ਵੀ ਵੱਖਰੀ ਕੋਈ ਚੀਜ਼ ਆਉਣੀ ਚਾਹੀਦੀ ਹੈ ਵੀ ਨਵੀਂ ਸਰਕਾਰ ਨਵੀਂ ਸੋਚ ਆਵੇ ਕੋਈ, ਪਰ ਉਹਨਾਂ ਵੱਲੋਂ ਵੀ ਕਿਸੇ ਵੀ ਤਰੀਕੇ ਦਾ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਹੈਲਥ ਨੂੰ ਲੈ ਕੇ ਤਾਂ ਪੰਜਾਬ ਸਰਕਾਰ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੀ ਹੈ, ਸਿਹਤ ਮਾਡਲ ਦੀ ਬਾਰ ਬਾਰ ਚਰਚਾ ਕੀਤੀ ਜਾਂਦੀ ਹੈ, ਸਿਹਤ ਮਾਡਲ ਨਾਲ ਵੱਧ ਦਿੱਲੀ ਮਾਡਲ ਸ਼ਬਦ ਵਰਤਦੇ ਨੇ ਤੇ ਜਿਨ੍ਹਾਂ ਨੇ ਦਿੱਲੀ ਮਾਡਲ ਵਰਤਣਾ ਹੈ ਉਹਨਾਂ ਨੇ ਚੱਲਣਾ ਦਿੱਲੀ ਤੋਂ ਹੀ ਹੈ ਤੇ ਦਿੱਲੀ ਵਾਲਿਆਂ ਦੀ ਹੀ ਨੀਤੀ ਇੱਥੇ ਜਿਹੜੀ ਪਹਿਲਾਂ ਲੱਗੀ ਹੈ, ਸੋ ਇਹਨਾਂ ਤੋਂ ਵੀ ਉਸ ਹਿਸਾਬ ਨਾਲ ਕੋਈ ਆਸ ਉਮੀਦ ਰੱਖੀ ਨਹੀਂ ਜਾ ਸਕਦੀ ਵੀ ਆਪਦੇ ਖਿੱਤੇ ਦੀ ਇੰਨੇ ਆਪਣਾ ਗੜਸ ਰੱਖ ਕੇ ਇੰਨੇ ਦਮ ਰੱਖ ਕੇ ਇਹ ਆਪਦੇ ਆਕਿਆਂ ਮੂਹਰੇ ਚਾਹੇ ਗੱਲ ਕਰਕੇ ਦਿਖਾ ਦੇਣ, ਜਿਹੜੇ ਇਹਨਾਂ ਦੇ ਦਿੱਲੀ ਆਕੇ ਸਰਦਾਰ ਬੈਠੇ ਨੇ ਉਹਨਾਂ ਅੱਗੇ ਹੀ ਗੱਲ ਰੱਖ ਕਰਕੇ ਦੇਖ ਲੈਣ। ਸਭ ਤੋਂ ਵੱਧ ਜੇ ਅੱਜ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਇਹਨਾਂ ਨੇ ਸਭ ਤੋਂ ਵੱਧ ਪਹਿਲਾਂ ਜ਼ੋਰ ਦਿੱਤਾ ਮੁਹੱਲਾ ਕਲੀਨਿਕਾਂ 'ਤੇ, ਉਹ ਮੁਹੱਲੇ ਕਲੀਨਿਕ ਖੁੱਲ੍ਹ ਗਏ, ਕੀ ਗੱਲ ਭਾਈ ਚੰਡੀਗੜ੍ਹ ਤੁਹਾਡਾ ਨਹੀਂ,
ਚੰਡੀਗੜ੍ਹ ਤੁਹਾਡੀ ਰਾਜਧਾਨੀ ਨਹੀਂ, ਉੱਥੇ ਇਹੋ ਜਿਹੀਆਂ ਗੱਲਾਂ ਹੋ ਰਹੀਆਂ ਨੇ। ਇਹ ਚੀਜ਼ ਨੂੰ ਤਕਰੀਬਨ 10 ਦਿਨ ਹੋ ਚੱਲੇ ਨੋਟਿਸ ਆਏ ਨੂੰ, ਇੰਨਾ ਮੁੱਦਾ ਭਖਿਆ ਹੋਵੇ ਅੱਜ ਤੱਕ ਕਿਸੇ ਵੀ ਸਰਕਾਰੀ ਬੰਦੇ ਦਾ, ਚਾਹੇ ਸਾਰੇ ਰਹਿੰਦੇ ਚੰਡੀਗੜ੍ਹ ਹੀ ਨੇ, ਬਿਲਕੁਲ ਇੱਕ ਸੈਕਟਰ 4 ਸੈਕਟਰ ਸਾਰਿਆਂ ਦੀ ਸਰਕਾਰੀ ਕੋਠੀਆਂ ਨੇ, ਇੱਥੇ ਹੀ ਨੇ ਸਾਰੇ, ਕਿਸੇ ਦਾ ਤੱਕ ਧਿਆਨ ਨਹੀਂ ਗਿਆ, ਕਿਸੇ ਦਾ ਨੋਟਿਸ ਨਹੀਂ ਆਇਆ, ਕਿਸੇ ਨੇ ਕੋਈ ਵੀ ਰਾਬਤਾ ਕਰਨ ਦੀ ਕੋਸ਼ਿਸ਼ ਨਾ ਕੀਤੀ। ਜੇ ਰਾਬਤਾ ਨਹੀਂ, ਤੁਸੀਂ ਖੁਦ ਤੁਹਾਡੇ ਹੱਥ ਪਾਵਰ ਦਿੱਤੀ ਹੈ ਪੰਜਾਬ ਦੇ ਮਿਨਿਸਟਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਡਾਕਟਰ ਬਲਬੀਰ ਸਿੰਘ ਦੀ, ਉਹਨਾਂ ਦੀ ਸਭ ਤੋਂ ਵੱਧ ਉਹਨਾਂ ਦੀ ਬਣਦੀ ਹੈ। ਸਾਰੇ ਕਿਤੇ ਹੈਲਥ ਦੀ ਸਭ ਤੋਂ ਵੱਧ ਜ਼ਿੰਮੇਵਾਰੀ ਹੈਲਥ ਮਿਨਿਸਟਰ ਦੀ ਉਹਨਾਂ ਦੀ ਹੈ, ਜੇ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ ਕਿਸੇ ਆਸ ਉਮੀਦ ਨਾਲ, ਸਾਨੂੰ ਸਾਡੀ ਸਰਕਾਰ ਨੇ ਇੱਕ ਖਾਸ ਮਹਿਕਮਾ ਦਿੱਤਾ ਕਿ ਤੁਸੀਂ ਇਹਦੇ 'ਤੇ ਹੀ ਧਿਆਨ ਕਰਨਾ ਹੈ ਸਾਰਾ, ਤੇ ਉੱਥੇ ਉਹਨਾਂ ਵੱਲੋਂ ਚਲੋ ਇਹ ਗੱਲ ਹੈਗੀ ਹੈ ਵੀ ਸਿਆਸੀ ਪਾਰਟੀਆਂ 'ਤੇ ਕੋਈ ਆਸ ਉਮੀਦ, ਚਾਹੇ ਉਹ ਖੇਤਰੀ ਪਾਰਟੀਆਂ ਹੋਣ ਚਾਹੇ ਉਹ ਨੈਸ਼ਨਲ ਪਾਰਟੀਆਂ ਤੋਂ, ਤਾਂ ਕੀ ਆਸ ਉਮੀਦ ਰੱਖਣੀ ਹੈ। ਉਹਨਾਂ ਨੇ ਚੱਲਣਾ ਆਪਣੇ ਦਿੱਲੀ ਨਾਲ ਪਿੱਠ ਜੋੜ ਕੇ ਹੀ ਜਾਂ ਫਿਰ ਮੋਢੇ ਨਾਲ ਮੋਢਾ ਜੋੜ ਕੇ ਹੈ, ਸੋ ਉਹਨਾਂ ਤੋਂ ਕੋਈ ਆਸ ਉਮੀਦ ਖਾਸ ਰੱਖੀ ਨਹੀਂ ਜਾ ਸਕਦੀ ਵੀ ਉਹ ਆਪਦੀ ਜ਼ਮੀਰ ਦੀ ਆਵਾਜ਼ ਸੁਣ ਲੈਣ, ਤੇ ਚਾਹੇ ਉਹ ਇੱਥੇ ਦੇ ਪੰਜਾਬ ਤੋਂ ਜਿੱਤੇ ਮਨੀਸ਼ ਤਿਵਾੜੀ ਹੋਣ, ਚਾਹੇ ਉਹ ਪੰਜਾਬ ਦੇ CM ਹੋਣ, ਤੇ ਚਾਹੇ ਉਹ ਪੰਜਾਬ ਦੇ ਐਜੂਕੇਸ਼ਨ ਜਾਂ ਹੈਲਥ ਮਿਨਿਸਟਰ ਜਾਂ ਕੋਈ ਵੀ ਹੋਵੇ, ਕਿਸੇ ਤੋਂ ਐਸੀ ਆਸ ਉਮੀਦ ਰੱਖੀ ਨਹੀਂ ਜਾ ਸਕਦੀ। ਪਰ ਇਹ ਹੈ ਬੜਾ ਨਿੰਦਣਯੋਗ ਹੈ। PGI ਹਸਪੀਟਲ ਦਾ ਜਿਵੇਂ ਪੂਰੇ ਵਰਤਾਰੇ ਬਾਰੇ ਅਸੀਂ ਵਾਰਤਾਲਾਪ ਕੀਤੀ ਹੈ, ਉਹਦੇ ਤੋਂ ਇੱਕ ਚੀਜ਼ ਦੀ ਬਦਬੂ ਜਿਹੜੀ ਹੈ ਕਿਤੇ ਨਾ ਕਿਤੇ ਆ ਰਹੀ ਹੈ ਕਿ ਇਹਦੇ ਪਿੱਛੇ RSS ਦੀ ਜਿਹੜੀ ਸਾਜਿਸ਼ ਹੈ ਉਹ ਲੱਗਦੀ ਹੈ। ਨਹੀਂ, ਇਹ ਗੱਲ ਕਿਤੇ ਹੈਰਾਨੀਜਨਕ ਨਹੀਂ ਹੈਗੀ। ਕਿਤੇ ਤੁਸੀਂ ਕਿਸੇ ਮੈਜੋਰਿਟੇਰੀਅਨ ਸਟੇਟ 'ਚ ਰਹਿੰਦੇ ਹੋ ਜਿੱਥੇ ਇੱਕ ਬਹੁਗਿਣਤੀ ਦਾ ਰਾਜ ਹੋਵੇ ਤੇ ਉਸੇ ਬਹੁਗਿਣਤੀ ਦੀ ਰਜੀਮ ਹੋਵੇ, ਤੇ ਪਿਛਲੇ 2024 ਤੋਂ ਇਹੀ ਚੀਜ਼ ਲਗਾਤਾਰ ਦੇਖਦੇ ਆ ਰਹੇ ਹਾਂ। ਜੇ ਪੰਜਾਬ ਦੀ ਗੱਲ ਕਰਨੀ ਹੋਵੇ ਖਾਸ ਤੌਰ 'ਤੇ ਆਪਾਂ, ਤੇ ਇਹ ਹੁਣ ਤੋਂ ਨਹੀਂ, ਇਹ 47 ਤੋਂ ਹੀ ਸ਼ੁਰੂ ਹੋਇਆ ਵਾ। ਪਹਿਲਾਂ ਪੰਜਾਬ ਵੰਡਿਆ ਗਿਆ, ਮੁੜ ਕੇ ਜੇ ਆਪਣਾ ਬੋਲੀ ਦੇ ਆਧਾਰ 'ਤੇ ਖਿੱਤਾ ਬਣਾਉਣ ਦੀ, ਸੂਬਾ ਬਣਾਉਣ ਦੀ ਗੱਲ ਹੋਈ ਆ, ਉੱਥੇ ਪੰਜਾਬ ਨਾਲ ਦਗਾ ਕਮਾਇਆ, ਤੇ ਮੁੜ ਕੇ ਅੱਜ ਦੇ ਤੌਰ 'ਤੇ ਆਪਾਂ ਆਫੀਸ਼ਲੀ ਨਹੀਂ ਕਹਿ ਸਕਦੇ, ਪਰ ਜੋ ਗੱਲ ਹੈ ਵੀ ਜੋ ਪਿੱਛੇ ਜੋ ਚੱਲ ਰਿਹਾ ਸਿਸਟਮ ਹੈ ਉਹ ਸਾਰਾ ਉਸੇ ਬਹੁ ਪੱਖੀ ਰਜੀਮ ਦਾ ਹੀ ਹਿੱਸਾ ਨੇ। ਉਹ ਜਿਹੜੇ ਵੱਡੇ ਵੱਡੇ ਅਦਾਰੇ ਨੇ, ਵੱਡੇ ਕਿਸੇ ਅਦਾਰੇ 'ਚ ਉੱਪਰ ਤੋਂ ਲੈ ਕੇ ਨੀਚੇ ਤੱਕ, ਕਿਸੇ ਡਾਇਰੈਕਟਰ, ਕਿਸੇ VC, ਕਿਸੇ ਪ੍ਰਧਾਨ ਮੰਤਰੀ ਤੋਂ ਲੈ ਕੇ ਨੀਚੇ ਕਲਰਕ ਤੱਕ ਦਾ ਬੰਦਾ, ਉਹ ਉਸੇ ਸੰਗਠਨ ਨਾਲ RSS ਦਾ ਵਿੱਚ ਜੇ ਨਾਮ ਲਿਆ ਜਾਵੇ ਕੋਈ ਬਹੁਤੀ ਹੈਰਾਨੀਜਨਕ ਗੱਲ ਨਹੀਂ ਹੋਊਗੀ ਵੀ ਉਹਨਾਂ ਵੱਲੋਂ ਹੀ ਇਹ ਚਲਾਇਆ ਜਾ ਰਿਹਾ, ਤੇ ਚਲਾਇਆ ਉਹ ਇੱਕ ਖਾਸ ਰੂਪ ਰੇਖਾ ਨੂੰ ਲੈ ਕੇ ਚਲਾਇਆ ਜਾ ਰਿਹਾ ਵੀ ਜਿਹੜਾ ਉਸ ਬਹੁ ਪੱਖੀ ਗਿਣਤੀ ਦੇ ਕੌਨਸ਼ੀਅਸ 'ਚ ਇੱਕ ਜੈਨੋਸਾਈਡਲ ਇੰਪਲਸ ਪਈ ਹੈ, ਉਹ ਚਾਹੇ ਜੈਨੋਸਾਈਡਲ ਇੰਪਲਸ ਡਾਇਰੈਕਟ ਵੇ 'ਚ ਹੋਵੇ ਤੁਹਾਡੀ, ਉਹ ਚਾਹੇ ਤੁਹਾਡੀ ਸਰੀਰਕ ਕਤਲੇਆਮ 'ਤੇ ਹੋਵੇ, ਚਾਹੇ ਵਿਚਾਰਧਾਰਾ ਦੇ ਆਧਾਰ 'ਤੇ ਹੋਵੇ, ਉਹ ਸ਼ੁਰੂ ਤੋਂ ਚੱਲਦੀ ਆ ਰਹੀ ਹੈ, ਤੇ ਇਹੀ ਉਹਨਾਂ ਦਾ ਮੇਨ ਏਜੰਡਾ ਹੈ। ਤੇ ਅੱਜ ਦਾ ਚਲੋ ਸਮਾਂ ਇਹੋ ਜਿਹਾ ਹੋ ਗਿਆ ਵੀ ਉਹ ਹਾਲਾਤ ਨਹੀਂ ਬਣੇ ਕਿ ਉਹ ਤੁਹਾਡਾ ਫਿਜ਼ੀਕਲ ਜੈਨੋਸਾਈਡ ਕਰ ਸਕਣ, ਪਰ ਇੱਕ ਮੇਰਾ ਦਾਗਿਸਤਾਨ ਰਸੂਲ ਹਮਜ਼ਾ ਤੋਬ ਨੇ ਕਿਤਾਬ ਲਿਖੀ ਹੈ, ਰਸ਼ੀਆ ਦਾ ਬੜਾ ਵੱਡਾ ਰਾਈਟਰ ਰਿਹਾ ਹੈ, ਉਹਦੇ 'ਚ ਉਹ ਗੱਲ ਲਿਖਦਾ ਕਿ ਸਾਡੇ ਦੇਸ਼ 'ਚ ਗਾਲਾਂ ਕੱਢੀਆਂ ਜਾਂਦੀਆਂ ਨੇ, ਤੇ ਜੇ ਕਿਸੇ ਨੂੰ ਵੱਧ ਅਸੀਸ ਦੇਣੀ ਹੋਵੇ ਤਾਂ ਇੱਕ ਮਾਂ ਇਹ ਵੱਧ ਅਸੀਸ ਦਿੰਦੀ ਹੈ ਕਿ ਤੇਰੇ ਜਵਾਕ ਨੂੰ, ਤੇਰੇ ਧੀ ਪੁੱਤ ਨੂੰ ਤੇਰੀ ਮਾਂ ਬੋਲੀ ਵਿਸਰ ਜੇ। ਉਸ ਦੇਸ਼ 'ਚ ਮਾਂ ਬੋਲੀ ਦਾ ਐਡਾ ਸਤਿਕਾਰ ਵੀ ਜੇ ਕਿਸੇ ਨੂੰ ਵੱਧ ਦੁਆ ਦੇਣੀ ਹੈ, ਇੱਥੇ ਆਪਾਂ ਕਹਿੰਦੇ ਤੇਰਾ ਘਰ ਉੱਜੜ ਜਾ ਕੁਛ, ਮਤਲਬ ਮਾਂ ਬੋਲੀ ਨੂੰ ਭੁੱਲਣਾ ਵੱਧ ਦੁਆ ਦੇ ਬਰਾਬਰ ਮੰਨਿਆ ਜਾਂਦਾ ਹੈ। ਉੱਥੇ ਇੱਕ ਕਿੱਸਾ ਲਿਖਦਾ ਆਪਣੀ ਕਿਤਾਬ ਦੇ ਵਿੱਚ ਕਿ ਉਹ ਕਿਸੇ ਹੋਰ ਮੁਲਕ 'ਚ ਜਾਂਦਾ, ਉੱਥੇ ਉਹਨੂੰ ਪਿੰਡ ਦਾ ਬੰਦਾ ਮਿਲਦਾ ਕਾਫੀ ਸਾਲਾਂ ਬਾਅਦ,
ਤੇ ਉਹ ਵਾਪਸ ਆ ਕੇ ਉਹਦੀ ਮਾਂ ਨੂੰ ਦੱਸਦਾ ਕਿ ਤੇਰਾ ਪੁੱਤ ਮਿਲਿਆ ਸੀ। ਉਹਦੀ ਮਾਂ ਦਾ ਪਹਿਲਾ ਸਵਾਲ ਕਿ ਮੇਰੇ ਪੁੱਤ ਨਾਲ ਕਿਹੜੀ ਭਾਸ਼ਾ 'ਚ ਗੱਲ ਕਰੀ, ਕਹਿੰਦਾ ਵੀ ਜਿਹੜੇ ਦੇਸ਼ 'ਚ ਉਹ ਰਹਿੰਦਾ ਵੀ ਉੱਥੇ ਦੀ ਭਾਸ਼ਾ ਨਾਲ। ਕਹਿੰਦੀ ਵੀ ਉਹਨੂੰ ਗਏ ਨੂੰ ਇੰਨੇ ਸਾਲ ਹੋ ਗਏ, ਮੇਰਾ ਪੁੱਤਰ ਤਾਂ ਮਰ ਗਿਆ ਵਾ। ਅੱਛਾ, ਮਤਲਬ ਵੀ ਉਹ ਜਿਹੜਾ ਪੁੱਤ ਆਪਦੀ ਮਾਂ ਬੋਲੀ ਨੂੰ ਭੁੱਲ ਗਿਆ ਵੀ ਉਹਦੀ ਮਾਂ ਨੇ ਇਹ ਗੱਲ ਕਹਿਤੀ ਕਿ ਮੇਰਾ ਪੁੱਤਰ ਮਰ ਗਿਆ। ਪਰ ਇੱਥੇ ਇਹੀ ਚੀਜ਼ ਹੈ ਕਿ ਕਿਸੇ ਕੌਮ ਨੂੰ, ਕਿਸੇ ਖਿੱਤੇ ਨੂੰ, ਕਿਸੇ ਕੌਮੀਅਤ ਨੂੰ ਖਤਮ ਕਰਨ ਵਾਸਤੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਉਹਦੀ ਭਾਸ਼ਾ ਖਤਮ ਕਰੀ ਜਾਵੇ। ਸੋ ਇਹੀ ਚੀਜ਼ RSS ਵੱਲੋਂ ਤੇ ਹੋਰ ਜਿਹੜੀ ਡੀਪ ਇੰਡੀਅਨ ਸਟੇਟ ਹੈ ਉਹਦੇ ਵੱਲੋਂ ਬੜੀ ਸ਼ੁਰੂ ਤੋਂ ਚੱਲ ਰਹੀ ਹੈ ਵੀ ਜਿਹੜੀ ਘੱਟ ਗਿਣਤੀ ਕੌਮਾਂ ਨੇ, ਛੋਟੇ ਖਿੱਤੇ ਨੇ, ਉਹਨਾਂ ਨੂੰ ਖਤਮ ਕਰਨ ਵਾਸਤੇ ਹਰ ਤਰੀਕੇ, ਹਰ ਹੀਲਾ ਵਸੀਲਾ ਵਰਤਿਆ ਜਾ ਰਿਹਾ ਹੈ। ਤੇ PGI ਦੇ ਵਿੱਚ ਜਾਂ ਹੋਰ ਚੰਡੀਗੜ੍ਹ ਤੇ ਹੋਰ ਪੰਜਾਬ ਦੇ ਵੱਖ ਵੱਖ ਅਦਾਰਿਆਂ 'ਚ ਹਿੰਦੀ ਲਾਗੂ ਕਰਨਾ, ਪੰਜਾਬੀ ਨੂੰ ਖਤਮ ਕਰਨਾ, ਇਹ ਉਸੇ ਲੜੀ ਦਾ ਹੀ ਹਿੱਸਾ ਮੰਨਿਆ ਜਾ ਸਕਦਾ ਹੈ। ਜਦੋਂ ਤੁਸੀਂ ਡਾਇਰੈਕਟਰ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਸੀ ਤਾਂ ਜਿਹੜਾ ਅੱਗੇ ਆਫੀਸ਼ੀਅਲ ਸਟਾਫ ਹੈ, ਐਡਮਿਨਿਸਟ੍ਰੇਟਿਵ ਜਿਹੜਾ ਸਟਾਫ ਹੈ, ਕਿ ਉਹਨਾਂ ਦੇ ਨਾਲ ਤੁਹਾਡੀ ਕੋਈ ਵਾਰਤਾਲਾਪ ਹੁੰਦੀ ਹੈ? ਉਹਨਾਂ ਨੇ ਕੁਛ ਇਸ ਚੀਜ਼ ਨੂੰ ਲੈ ਕੇ ਕੋਈ ਕੰਸਰਨ ਦਿੱਤਾ ਹੋਵੇ? ਜਿਹੜੇ ਉਹਨਾਂ ਦੇ ਪਰਸਨਲ ਸੈਕਟਰੀ ਸਨ, ਡਾਕਟਰ ਵਿਵੇਕ ਲਾਲ ਦੇ ਡਾਇਰੈਕਟਰ ਦੇ, ਉਹਨਾਂ ਦੇ ਪਰਸਨਲ ਸੈਕਟਰੀ ਨਾਲ ਗੱਲ ਹੋਈ ਹੈ। ਪਹਿਲਾਂ ਫੋਨ 'ਤੇ ਜਦੋਂ ਗੱਲ ਹੋਈ ਹੈ ਪਹਿਲੀ ਵਾਰ, ਉਹਨਾਂ ਨੇ ਸਿੰਪਲੀ ਮੇਲ ਦੀ ਗੱਲ ਕੀਤੀ ਹੈ ਕਿ ਤੁਸੀਂ ਮੇਲ ਕਰ ਦਿਓ, ਤੇ ਜਦੋਂ ਮੇਲ ਦਾ ਜਵਾਬ ਨਾ ਆਇਆ, 2-3 ਦਿਨ ਮਗਰੋਂ ਫਿਰ ਜਦੋਂ ਫੋਨ ਲਾਇਆ, ਉਦੋਂ ਪਰਸਨਲ ਸੈਕਟਰੀ ਨਾਲ ਬਹਿਸਬਾਜ਼ੀ ਹੁੰਦੀ ਹੈ ਇਸ ਗੱਲ 'ਤੇ ਕਿ ਜਦੋਂ ਤੁਹਾਨੂੰ ਤੁਸੀਂ ਗੱਲ ਫੋਨ 'ਤੇ ਹੋਈ ਹੈ ਮਿਲਣ ਦੀ, ਤੁਸੀਂ ਕਹਿੰਦੇ ਮੇਲ ਕਰ ਦਿਓ। ਜਦੋਂ ਮੇਲ ਕਰਤੀ, ਤੁਸੀਂ ਉਹਦਾ ਕੋਈ ਹਾਂ ਪੱਖੀ ਹੁੰਗਾਰਾ ਨਹੀਂ, ਤੁਸੀਂ ਨਾ ਜਵਾਬ ਦੇ ਦਿਓ ਵੀ ਡਾਇਰੈਕਟਰ ਸਾਹਿਬ ਨਹੀਂ ਮੁਲਾਕਾਤ ਕਰਨ 'ਚ ਤੁਹਾਡੇ। ਉਸ ਵੇਲੇ ਵੀ ਤੁਹਾਡੇ ਨਾਲ ਹਿੰਦੀ ਭਾਸ਼ਾ 'ਚ ਗੱਲ, ਹਿੰਦੀ ਭਾਸ਼ਾ 'ਚ ਗੱਲ ਹੋ ਰਹੀ ਹੈ। ਉੱਥੇ ਜੇ ਅਸੀਂ ਉੱਧਰ ਸਭ ਤੋਂ ਪਹਿਲੀ ਵਾਰ ਗਏ ਬਿਨਾਂ ਅਪੁਆਇੰਟਮੈਂਟ ਤੋਂ, ਗੇਟ 'ਤੇ 3 ਸਟਾਫ ਗਾਰਡ ਬੈਠੇ ਨੇ, ਉਹਨਾਂ ਨੇ ਪਹਿਲਾਂ ਵੜਾ ਨਹੀਂ ਦਿੱਤਾ, ਉਹ ਹਿੰਦੀ 'ਚ ਬਹਿਸਬਾਜ਼ੀ, ਕਹਿੰਦੇ ਸਾਨੂੰ ਨੋਟਿਸ ਲਗਾਓ ਪਹਿਲਾਂ, ਕਾਹਦਾ ਨੋਟਿਸ ਹੈ ਵੀ ਕਿਸ ਮਾਮਲੇ 'ਚ ਤੁਸੀਂ ਮਿਲਣ ਚੱਲੇ। ਉਹ ਸਾਰੀ ਗੱਲ ਹਿੰਦੀ 'ਚ ਹੋ ਰਹੀ ਹੈ। ਗੇਟ ਤੋਂ ਵੜਦੇ ਸਾਰ ਐਡਮਿਨਿਸਟ੍ਰੇਟਿਵ ਬਲਾਕ ਤੱਕ ਕੋਈ ਬੋਰਡ ਨਹੀਂ ਪੰਜਾਬੀ 'ਚ, ਸਿਰਫ 2 ਥਾਂ ਤੇ ਬੋਰਡ ਹੈ ਵੀ ਤੁਸੀਂ CCTV ਕੈਮਰੇ ਦੀ ਨਿਗਰਾਨੀ ਹੇਠੋਂ ਤੇ ਜਾਂ ਕੂੜਾਦਾਨ ਇੱਧਰ ਹੈ। ਇਹ ਤੋਂ ਇਲਾਵਾ ਕਿਤੇ ਨਾ ਗੱਲ ਹੁੰਦੀ ਹੈ, ਨਾ ਕਿਤੇ ਕਾਗਜ਼ਾਂ ਤੇ ਲਿਖੀ ਜਾਂਦੀ ਹੈ, ਨਾ ਕਿਸੇ ਸਟਾਫ ਵੱਲੋਂ ਬੋਲੀ ਜਾਂਦੀ ਹੈ। ਹੁਣ ਉੱਥੇ ਜੇ ਅਸੀਂ ਵੀਡੀਓਆਂ ਪਾਈਆਂ ਹੈ, ਸਾਡੇ ਸੋਸ਼ਲ ਮੀਡੀਆ ਤੇ ਕਮੈਂਟ ਆਏ ਨੇ ਕਿ ਇਹ ਜਦ ਹਿੰਦੀ ਨੈਸ਼ਨਲ ਭਾਸ਼ਾ ਹੈ, ਆਫੀਸ਼ੀਅਲ ਭਾਸ਼ਾ ਹੈ, ਤੇ ਲੋਕੀ ਵੱਖ ਵੱਖ ਖਿੱਤਿਆਂ ਤੋਂ ਆਉਂਦੇ ਨੇ ਤੇ ਉਹਨਾਂ ਨੇ ਉਹਨਾਂ ਦੀ ਬੋਲੀ 'ਚ ਹੀ ਗੱਲ ਕਰਨੀ ਹੈ। ਜੇ ਅਸੀਂ ਪੰਜਾਬ ਦੇ ਜਾਏ, ਪੰਜਾਬ ਦੇ ਉੱਥੇ ਗਏ ਆ, ਪੰਜਾਬ ਦੀ ਰੀਪ੍ਰੈਜੈਂਟੇਸ਼ਨ ਲੈ ਕੇ, ਸਾਡੇ ਨਾਲ ਤਾਂ ਹਿੰਦੀ ਲੱਗੇ ਨੇ। ਜੇ ਕਿਸੇ ਜਥੇਬੰਦੀ ਨਾਲ ਹਿੰਦੀ 'ਚ ਲੱਗੇ ਨੇ, ਜਿਨ੍ਹਾਂ ਦੇ ਪਤਾ ਵੀ ਜਥੇਬੰਦਕ ਢਾਂਚਾ ਇਹਨਾਂ ਦਾ ਕੋਈ, ਉਹਨਾਂ ਨਾਲ ਤੁਸੀਂ ਉਹਨਾਂ ਦੀ ਮਾਂ ਬੋਲੀ 'ਚ ਗੱਲ ਨਹੀਂ ਕਰ ਰਹੇ, ਤਾਂ ਆਮ ਜਿਹੜਾ ਪਿੰਡ ਤੋਂ ਕਹਿ ਲਓ ਮਾਤੜ ਬੰਦਾ ਆਇਆ ਹੈ, ਉਹਦੇ ਨਾਲ ਤੁਸੀਂ ਪੰਜਾਬੀ 'ਚ ਗੱਲ ਕਿਵੇਂ ਕਰ ਲਓਗੇ? ਉੱਥੇ ਕਿਵੇਂ ਦਾਅਵਾ ਰੱਖਦੇ ਤੁਸੀਂ ਕਿ ਅਸੀਂ ਪੰਜਾਬੀ 'ਚ ਹੀ ਗੱਲ ਕਰਾਂਗੇ? ਤੇ ਇਹ ਗੱਲ ਹੈ ਕਿ ਇਹ ਸਿਰਫ PGI ਦੀ ਗੱਲ ਨਹੀਂ, ਇਹ ਜਿਹੜੇ ਜੋ ਸੋਸ਼ਲ ਮੀਡੀਆ 'ਤੇ ਸਾਡੇ ਆਫੀਸ਼ੀਅਲ ਹੈਂਡਲਾਂ 'ਤੇ ਜੋ ਕਮੈਂਟ ਦੇਖੇ ਨੇ, ਜੋ ਬਿਆਨਬਾਜ਼ੀ ਲੋਕਾਂ ਦੀ ਦੇਖੀ ਹੈ, ਇਹ ਚੀਜ਼ ਪਤਾ ਲੱਗਦੀ ਹੈ ਕਿ ਬੜੀ ਬਹੁ ਪੱਖੀ ਗਿਣਤੀ ਦੇ ਰਜੀਮ 'ਚ ਇਹ ਇੰਪਲਸ ਪਈ ਹੈ। ਉਹ ਉਹਨਾਂ ਦੇ ਮਨ 'ਚ ਜਿੰਨੀ ਨਫ਼ਰਤ ਭਰੀ ਹੈ ਉਹ ਸਾਨੂੰ ਸਾਫ ਉੱਚ ਕਮੈਂਟਾਂ 'ਚ ਦਿਖਦੀ ਹੈ। ਜੇ ਅਸੀਂ ਕਿਸੇ ਨੂੰ ਦੱਸਣਾ ਹੋਵੇ ਸਾਨੂੰ ਪੰਜਾਬੀਆਂ ਨੂੰ ਲੈ ਕੇ ਕਿੰਨੀ ਜ਼ਿਆਦਾ ਨਫ਼ਰਤ ਸੋਸ਼ਲ ਮੀਡੀਆ 'ਤੇ ਵੀ ਫੈਲਾਈ ਜਾ ਰਹੀ ਹੈ। ਜੀ ਬਿਲਕੁਲ, ਇਹ ਪੰਜਾਬੀ ਤੋਂ ਉੱਪਰ ਉੱਠ ਕੇ ਇਹ ਧਾਰਮਿਕ ਮਸਲਾ ਬਣਾਇਆ ਗਿਆ ਇੱਥੇ ਕਮੈਂਟਾਂ 'ਚ ਜਾਂ ਸੋਸ਼ਲ ਮੀਡੀਆ 'ਤੇ ਦੇਖਿਆ ਜਾਵੇ, ਜਦਕਿ ਪੰਜਾਬੀ ਸਿਰਫ ਸਿੱਖਾਂ ਦੀ ਭਾਸ਼ਾ ਨਹੀਂ, ਪੰਜਾਬੀ ਪੰਜਾਬ 'ਚ ਵੱਸਦੇ ਲੋਕਾਂ ਦੀ ਭਾਸ਼ਾ, ਪੰਜਾਬ ਦੇ ਵਿੱਚ ਵੱਸਦੇ ਹਿੰਦੂ ਵੀ ਪੰਜਾਬੀ ਬੋਲਦੇ, ਸਾਰੇ ਬੋਲਦੇ ਨੇ ਇੱਥੇ, ਚਾਹੇ ਮੁਸਲਮਾਨ ਭਾਈਚਾਰਾ, ਮਲੇਰਕੋਟਲਾ ਸਭ ਤੋਂ ਵੱਡਾ ਮੁਸਲਮਾਨ ਭਾਈਚਾਰਾ ਉੱਥੇ ਵੱਸਦਾ, ਬੜੀ ਠੇਠ ਪੰਜਾਬੀ ਬੋਲਦੇ, ਬੜੀ ਠੇਠ ਪੰਜਾਬੀ ਬੋਲਦੇ ਨੇ। ਜਿਹੜੇ ਮਾਝੇ ਦੇ ਜਾਂ ਬਾਰਡਰ ਏਰੀਆ ਦੇ ਉੱਧਰ ਦੇ ਹਿੰਦੂ ਦੁਕਾਨਦਾਰ ਵੀ ਨੇ, ਉਹਨਾਂ ਵੱਲੋਂ ਵੀ ਬੜੀ ਠੇਠ ਪੰਜਾਬੀ ਬੋਲੀ ਜਾਂਦੀ ਹੈ। ਪੂਰੀ ਮਾਝੇ ਦੀ ਭਾਸ਼ਾ ਕੀ ਕਰਨ ਦੇ ਆ, ਮਤਲਬ ਜਿੱਦਾਂ ਬੋਲੀ ਜਾਂਦੀ ਹੈ ਪੂਰੀ, ਚਾਹੇ ਪੰਜਾਬੀ ਸੂਬੇ ਮੋਰਚੇ ਦੀ ਗੱਲ ਹੈ, ਚਾਹੇ ਉਸ ਸਮੇਂ ਚਲੋ ਗੱਲ ਹੈਗੀ ਹੈ ਕਿ ਬਹੁ ਪੱਖੀ ਹਿੰਦੂਆਂ ਨੇ ਉਦੋਂ ਹਿੰਦੀ ਦੀ ਸਪੋਰਟ ਕੀਤੀ ਹੈ,
ਪਰ ਫਿਰ ਵੀ ਉੱਥੇ ਕੁਛ ਇਹੋ ਜਿਹੇ ਇਨਸਾਫ ਪਸੰਦ ਜਾਂ ਸੱਚਾਈ ਪਸੰਦ ਲੋਕ ਸਨ ਜਿਨ੍ਹਾਂ ਨੇ ਕੁਰਬਾਨੀਆਂ ਤੱਕ ਦਿੱਤੀਆਂ ਪੰਜਾਬੀ ਸੂਬੇ ਨੂੰ ਲੈ ਕੇ, ਵੀ ਪੰਜਾਬੀ ਭਾਸ਼ਾ ਆਪਣੀ ਭਾਸ਼ਾ ਮੰਨਣ 'ਚ ਮਾਣ ਮਹਿਸੂਸ ਕਰਦੇ ਨੇ। ਪਰ ਉੱਥੇ ਇਹੋ ਜਿਹੀ ਗੱਲਾਂ ਹੋਣੀਆਂ ਵੀ ਤੁਸੀਂ ਹਿੰਦੀ ਬੋਲੋ ਜੀ ਉਹਨਾਂ ਦੇ ਖਿੱਤੇ 'ਚ ਆ ਕੇ, ਜੇ ਇੱਥੋਂ ਕਿਸੇ ਦੇ ਧੀ ਪੁੱਤ ਨੇ ਬਾਹਰ ਮੁਲਕ ਜਾਣਾ ਕੈਨੇਡਾ, ਉਹਦਾ ਆਈਲੈਟਸ ਦਾ ਪੇਪਰ ਹੋਣਾ, ਤੇ ਪੇਪਰ ਇਹ ਨਹੀਂ ਕਿ ਸਿੰਪਲ ਤੁਸੀਂ ਲਿਖ ਕੇ ਦੇਣਾ, ਉਹਦਾ ਪੂਰਾ ਇਮਤਿਹਾਨ ਲੈਣਾ ਵੀ ਭਾਈ ਤੂੰ ਹਿੰਦੀ ਅੰਗਰੇਜ਼ੀ ਲਿਖ ਪੜ੍ਹ ਬੋਲ ਸੁਣ ਸਕਦਾ ਸਮਝ ਸਕਦਾ, ਫਿਰ ਕਿਤੇ ਜਾ ਕੇ ਜੇ ਪੇਪਰ ਪਾਸ ਕਰਦਾ ਹੈ ਤੇ ਉਹ ਵੀ ਉਹਨਾਂ ਦੀ ਕੁਆਲੀਫਿਕੇਸ਼ਨ ਦੇ ਮੁਤਾਬਕ ਤਾਂ ਬਾਹਰ ਜਾ ਸਕਦਾ, ਨਹੀਂ ਬਾਹਰ ਨਹੀਂ ਜਾ ਸਕਦਾ। ਤੇ ਇੱਥੇ ਕੀ ਗੱਲ, ਇੱਥੇ 50 ਰੁਪਏ ਦੀ ਟਿਕਟ ਲਿੱਤੀ ਯੂਪੀ ਬਿਹਾਰ ਮੱਧ ਪ੍ਰਦੇਸ਼ ਵਾਲਿਆਂ ਨੇ, ਇੱਥੇ ਆ ਗਏ, ਜਾਂ ਫਿਰ ਕਿਸੇ ਨੇ ਬੱਸ ਦੀ ਟਿਕਟ ਲਿੱਤੀ ਉਹ ਇੱਥੇ ਆ ਗਏ, ਇੱਥੇ ਕਿਰਾਏ ਦੇ ਮਕਾਨਾਂ 'ਤੇ ਰਹੇ, ਮੁੜ ਕੇ ਇੱਥੇ ਪੱਕੇ ਵਸਨੀਕ ਹੋਏ, ਧੀ ਪੁੱਤ ਉਹਨਾਂ ਦੇ ਇੱਥੇ ਆਏ, ਉਹ ਇੱਥੇ ਪੜ੍ਹੇ ਅਤੇ ਇੱਥੇ ਕਾਬਜ਼ ਹੋਏ। ਇੱਥੇ ਡੈਮੋਗ੍ਰਾਫਿਕਲ ਜਿਹੜਾ ਚੇਂਜ ਆਉਂਦਾ ਇਸੇ ਗੱਲ ਕਰਕੇ ਆਉਂਦਾ, ਅੱਜ ਲੁਧਿਆਣਾ ਜ਼ਿਲ੍ਹਾ ਹੈ ਪੰਜਾਬ ਦਾ ਸਭ ਤੋਂ ਵੱਡੇ ਜ਼ਿਲ੍ਹਿਆਂ 'ਚੋਂ ਇੱਕ ਹੈ, ਅਤੇ ਉੱਥੇ ਦਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਉੱਥੇ ਸਭ ਤੋਂ ਵੱਧ ਹਿੰਦੀ ਉੱਥੇ ਬੋਲੀ ਜਾਂਦੀ ਹੈ, ਸਭ ਤੋਂ ਜ਼ਿਆਦਾ ਪ੍ਰਵਾਸੀ ਉੱਥੇ। ਉੱਥੇ ਜੇ ਕੋਈ ਨੇਤਾ ਚੁਣਨਾ ਹੈ ਉੱਥੇ ਵੋਟਾਂ ਦੇ ਹਿਸਾਬ ਨਾਲ ਦੇਖੀਏ ਪਾਰਟੀ ਖੜੀ ਕਰੀ ਜਾਂਦੀ ਹੈ ਵੀ ਇੱਥੇ ਫਲਾਣੀ ਭਾਸ਼ਾ ਖਾਸ ਭਾਸ਼ਾ ਦੇ ਲੋਕ ਜ਼ਿਆਦਾ ਨੇ ਅਤੇ ਉਹ ਬੰਦੇ ਜਿੱਤਣ ਦੀ ਆਸ ਉਮੀਦ ਹੈ। ਸੋ ਇਹ ਹੈ ਵੀ ਇਹ ਪੰਜਾਬ ਦੇ ਨੌਜਵਾਨਾਂ ਨੂੰ, ਪੰਜਾਬ ਦੇ ਲੋਕਾਂ ਨੂੰ ਵੀ ਜਾਗਰੂਕ ਹੋਣਾ ਪੈਣਾ ਹੈ ਆਪਦੀ ਮਾਂ ਬੋਲੀ ਨੂੰ ਲੈ ਕੇ, ਕਿ ਮਾਂ ਬੋਲੀ ਤੁਹਾਡੀ ਐਡੀ ਹੱਕ ਹੀ ਨਹੀਂ ਹੈ ਵੀ ਕੋਈ ਨਵੀਂ ਮਾਂ ਬੋਲੀ ਹੋਵੇ। ਬਿਲਕੁਲ, ਜਿਹੜੀ ਤੁਰਕੀ ਬਾਣੀ ਵੀ ਜਿਹੜੀ ਧੁਰੋਂ ਸਾਡੇ ਗੁਰੂਆਂ ਦੀ ਦਿੱਤੀ ਬਾਣੀ ਵੀ ਅਕਾਲ ਪੁਰਖ ਦਾ ਜਿਹਦਾ ਗਿਆਨ ਹੋਵੇ ਉਹ ਉਸੇ ਭਾਸ਼ਾ 'ਚ ਲਿਖੀ ਗਈ ਹੋਵੇ, ਉਹ ਤੁਹਾਡੇ ਗੁਰੂ ਵੱਲੋਂ ਚਲਾਈ ਗਈ ਬੋਲੀ ਹੋਵੇ, ਉਹਦੀ ਲਿਪੀ ਗੁਰਮੁਖੀ ਹੋਵੇ, ਜਿਸ ਬੋਲੀ ਵਾਸਤੇ, ਜਿਸ ਬੋਲੀ ਨੂੰ ਲਾਗੂ ਕਰਾਉਣ ਵਾਸਤੇ, ਜਿਸ ਬੋਲੀ ਦੇ ਆਧਾਰ ਤੇ ਸੂਬਾ ਲੈਣ ਵਾਸਤੇ ਮਣੋ ਮਣੀ ਖੂਨ ਪੰਜਾਬ ਦੇ ਜਾਇਆਂ ਦਾ ਡਿਗਰਿਆ ਹੈ। ਪੰਜਾਬ ਦੇ ਇਹੋ ਜਿਹੇ ਜ਼ਿਲ੍ਹੇ ਨੇ ਵੀ ਇਸ ਬੋਲੀ ਦੀ ਜੰਗ ਜਿਹੜੀ ਚੱਲੀ ਅੱਗੇ, ਵੀ ਉਸ ਜੰਗ 'ਚ ਇੰਨੀਆਂ ਕੁ ਕੁਰਬਾਨੀਆਂ ਦਿੱਤੀਆਂ ਵੀ ਪਿੰਡਾਂ 'ਚ ਜੰਜਾਂ ਨਹੀਂ ਚੜੀਆਂ। ਉਹਦਾ ਮੇਨ ਜਿਹੜਾ ਸਿੱਟਾ ਜਾਂ ਮੂਲ ਕਾਰਨ ਸੀ ਉਹ ਬੋਲੀ ਸੀ, ਜਿੱਥੋਂ ਇਹ ਸਾਰੀ ਗੱਲ ਸ਼ੁਰੂ ਹੋਈ ਹੈ। ਅਤੇ ਇਹ ਸਾਰਿਆਂ ਨੂੰ ਆਪਾਂ ਨੂੰ ਸਮਝਣਾ ਚਾਹੀਦਾ ਕਿ ਮਾਂ ਬੋਲੀ ਕਰਕੇ ਹੀ ਬੰਦਾ ਹੁੰਦਾ ਹੈ, ਪਛਾਣ ਕਿਸੇ ਦੀ ਮਾਂ ਬੋਲੀ ਕਰਕੇ ਹੀ ਹੁੰਦੀ ਹੈ। ਤੇ ਜੇ ਮਾਂ ਬੋਲੀ ਨੂੰ ਵਿਸਰਦੇ ਹਾਂ, ਮਾਂ ਬੋਲੀ ਨੂੰ ਭੁੱਲਦੇ ਹਾਂ, ਤਾਂ ਕੱਲ੍ਹ ਤੁਹਾਡਾ ਆਉਣ ਵਾਲਾ ਕੋਈ ਜ਼ਿਆਦਾ ਸਖਾਲਾ ਨਹੀਂ ਹੁੰਦਾ। ਸਖਾਲਾ ਕਿ ਤੁਹਾਡਾ ਜਿਹੜਾ ਐਗਜ਼ਿਸਟੈਂਸ ਤੁਹਾਡੀ ਉਹ ਖਤਰੇ 'ਚ ਮੰਨੀ ਜਾ ਸਕਦੀ ਹੈ। ਠੀਕ ਹੈ ਦਰਸ਼ਪ੍ਰੀਤ ਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ, ਇੰਨਾ ਗੰਭੀਰ ਮੁੱਦਾ ਤੁਸੀਂ ਧਿਆਨ ਦੇ ਵਿੱਚ ਲਿਆਂਦਾ। ਸੋ ਇਹ ਸੀ ਅੱਜ ਦੀ ਖਾਸ ਪੇਸ਼ਕਸ਼ ਪੰਜਾਬੀ ਭਾਸ਼ਾ ਦੀ ਅਤੇ ਪੰਜਾਬ ਦੀ ਹੋਂਦ ਕਿਸ ਤਰ੍ਹਾਂ ਉਹਦੀ ਆਪਣੀ ਹੀ ਰਾਜਧਾਨੀ ਦੇ ਵਿੱਚ ਖਤਰੇ 'ਚ ਜਾ ਰਹੀ ਹੈ। ਸੋ ਅੱਜ ਦੇ ਐਪੀਸੋਡ ਦੇ ਵਿੱਚ ਫਿਲਹਾਲ ਇੰਨਾ ਹੀ, ਅਗਲੇ ਐਪੀਸੋਡ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿੰਦਾ ਦਰਿਆ, ਸਤਲੁਜ TV।